पेश कर रहे हैं लोकां दे महानायक लोक नाटककार जिन्ना ने नाटक नो पंजाब दे पिंड पिंड हिंदुस्तान दे कोने कोने उन्हां चुल्हियां तक पहुँचाया जिथों दे लोक नाटक तक नहीं सी पहुँच सकते। हैरीटेज आर्ट्स एंड थिएटर सोसाइटी ऑफ यूनाइटेड प्रोडक्शन वालों पेश है नाटक संताप। एक ऐसा संताप बेलोका, एक ऐसा संताप बारेर पराए जीवन वखरा मोह मानते आदिर अडरा मां दे पल्ले ते बाप दी पगदी ओ ना रहिंदी कदे भी बात। एक ऐसा संताप बेलोका, एक ऐसा। मैं क्या सुन दे हो? मैं कुछ कह रही हूँ? मैनू इधर जान की कारी लगी हुई है, बस सवेरे सवेरे लैपटॉप खोल के बह जाते हैं और दे बाद चौदह फेसबुक पहला खुली होती है। ना तेनू जान की कारी है, तेनू टाइम से तैयार हो जाकर मैं की कर सकता। कोई तो मदद कर सकते हो, कट्टो कट चाय बना दिया करो। अच्छा चाय देखी है? चाय मैं बना देती हूँ। रहने दो बीजी, ताड़े वास दी गाल। लेती है, मैं सारी उम्र यही काम करती रही हूँ। और नेक दा बापू ता मंजी ता उठता ही तां सी, जब चाय मिलती सी, ते मैं शिटी रात नू ही चूल्हे ते जोड़ियां हुंदियां सी। पर आ तो ठीक कहनी सी है, तुहाडे चूल्हिआं ते चाय बनाउणा मेरे वस दी गल नहीं। ओ बीजी रहन दो तुसी, नेवर माइंड, मैं आपे चाय बना दिंदा। आहो अगे तीवी मर्द ले चाय बनाउंदी सी, हुण मर्द तीवी दी चाय बनाऊ। मां जी जे चाय बना देंगे कोई फर्क नहीं पै जाएगा? आहो धीए इत्थे तां किसे गल दा कोई फर्क नहीं पैंदा। ओहो इक तां बापू जी नूं सौ वारी कह ते सोटी नूं चाड़ करे रख्या करो, उड़ते बाचो ने ते सोटी नूं पहला चटक दने। ए बाज जरा देख के चलो, आगे ही नहीं पीछे भी, ऊपर ही नहीं नीचे भी। मैं क्या मेम साहब अखा खोल के तुरी है ना, ठुड्डे नहीं लगते। ना तो डक कहना की मतलब है मेनू दिंदा कुछ नहीं, अन्नी है मैं। भाई मैं ये तो नहीं किया के तू अन्नी है, पर एक गल पक्की है देसदा कुछ नहीं। जदों दे बीजी दे बापू जी इंडिया तो आए ने ना, थानू गल्लां ला ला के करन दी आदत पै गई है। ते तेनू तेनू हर गल दी चिड़ लगी रहिंदी है ना। राती जे बीजी कोल डिच वाच करदे आ प्याली तिल के डिग गई ते टुट गई, की आखरा गई? ਉਹ ਪਿਆਲੀ ਸੈੱਟ ਦੇ ਨਾਲ ਦੀ ਸੀ, ਹੁਣ ਸਾਰਾ ਸੈੱਟ ਖਰਾਬ ਹੋ ਗਿਆ। ਧੀਏ ਮੈਂ ਤਾਂ ਸਾਰਾ ਸਵਾਨ ਵਾਲੀ ਭਾਂਡੇ ਮਾਂਜਦੀ ਰਹੀ, ਅੱਜ ਕਦੇ ਕੋਈ ਭਾਂਡਾ ਡਿੱਗਿਆ ਨਹੀਂ ਸੀ। ਇਹ ਤਾਂ ਰੁੜ ਪੁੜ ਜਾਣੇ ਸਾਬਣ ਨਾਲ ਹੱਥ ਤਿਲਕ ਤਿਲਕ ਪੈਂਦੇ ਨੇ, ਤੇ ਸਵਾਨ ਨਾਲ ਭਾਂਡੇ ਲਿਸ਼ਕਦੇ ਵੀ ਬੜੇ ਸੀ ਸ਼ੀਸ਼ੇ ਵਾਂਗ। ਅਨੇਕ ਤਾਂ ਨਿੱਕਾ ਹੁੰਦਾ ਪੱਗ ਵੀ ਲਿਸ਼ਕਵੀਂ ਥਾਲੀ ਅੱਗੇ ਖੜੋ ਕੇ ਬੰਨਦਾ ਸੀ। ਧੀਏ ਇਹਦੀ ਕੋਚਵੀਂ ਪੱਗ ਸਾਰੇ ਪਿੰਡ ਵਿੱਚ ਮਸ਼ਹੂਰ ਹੁੰਦੀ ਸੀ, ਇੱਥੇ ਆਣ ਕੇ ਨੇ ਪੱਗ ਵੀ ਲਾ ਦਿੱਤੀ। ਤੇ ਮਾਂ ਜੀ ਪੱਗ ਕਿਹੜੇ ਮਹਿਲੋਂ ਆਈ ਹੈ, ਆਪੀ ਲਾਈ ਹੈ? ਬੀਜੀ ਪੱਗ ਭਾਵੇਂ ਮੈਂ ਆਪੇ ਲਾਈ ਆ, ਪਰ ਲਵਾਈ ਤੁਹਾਡੀ ਨੂੰਹ ਰਾਣੀ ਨੇ ਆ। ਬੇ ਉਹ ਕਿੱਦਾਂ ਪੁੱਤ? ਮੈਨੂੰ ਪਤਾ ਕੀ ਕਹਿੰਦੀ? ਮੈਨੂੰ ਕਹਿੰਦੀ ਜਦੋਂ ਦਾ ਬਖਸ਼ੀਸ਼ ਕਲੀਨ ਚੇਵ ਹੋਇਆ ਨਾ, ਬੜਾ ਹੀ ਸੋਹਣਾ ਲੱਗਦਾ ਤੇ ਮੈਂ ਤੁਹਾਡੀ ਨਾਲ ਭਾਈ ਜਿਹਾ ਲੱਗਦਾ। ਪੁੱਤਰਾ ਇਹ ਬਖਸ਼ੀਸ਼ ਕੌਣ ਹੈ? ਦੱਸਦਾ ਬੀਜੀ ਨੂੰ? ਦੱਸ ਦੋ, ਮੈਂ ਕਿਹੜੇ ਡਰਦੀ ਆ, ਮੈਂ ਤਾਂ ਉਂਝ ਹੀ ਕਹਿੰਦੀ ਆ ਬਖਸ਼ੀਸ਼ ਸੋਹਣਾ ਲੱਗਦਾ। ਤੁਸੀਂ ਤਾਂ ਜਦੋਂ ਦੀ ਦਾੜੀ ਵਿੱਚ ਕਟਾਈ ਆ ਨਾ, ਸ਼ਕਲ ਹੀ ਹੋਰ ਨਿਕਲ ਆਈ ਆ, ਇਹ ਤਾਂ ਚੰਗੇ ਤਾਂ ਪੱਗ 'ਚ ਹੀ ਲੱਗਦੇ ਸੀ। ਨਾ ਤੇ ਫਿਰ ਦੁਬਾਰਾ ਦਾੜੀ ਰੱਖ ਲੈਨੇ ਆ, ਇਹ 'ਚ ਕਿਹੜੀ ਗੱਲ ਆ? ਰਹਿਣ ਦਿਓ ਦੁਬਾਰਾ ਦਾੜੀ ਰੱਖੀ ਨਾ, ਕੰਡਿਆਂ ਵਾਂਗ ਚੁੱਭਣ ਵਾਲੀ ਦਾੜੀ ਉਗਾਉਣੀ ਆ, ਨਾਲੇ ਜੇ ਹੁਣ ਨਾ ਵੀ ਚੰਗੇ ਲੱਗੇ ਤੇ ਮੈਂ ਕਿਹੜੇ ਛੱਡ ਕੇ ਚੱਲ ਜਾਣਾ। ਤੇਰਾ ਕੀ ਆ ਛੱਡ ਕੇ ਚਲੀ ਜਾਵੇ, ਬਖਸ਼ੀਸ਼ ਤੇ ਚੰਗਾ ਲੱਗਣ ਲੱਗ ਗਈ ਪਿਆ। ਹੈ ਪੁੱਤਰਾ ਇਹ ਬਖਸ਼ੀਸ਼ ਰੁੜ ਪੁੜ ਜਾਣਾ ਹੈ ਕੌਣ ਜਿਹਦਾ ਵਾਰ ਵਾਰ ਜ਼ਿਕਰ ਕਰੀ ਜਾਂਦੇ ਹੋ? ਉਹ ਬੀਜੀ ਮੇਰਾ ਇੱਕ ਦੋਸਤ ਹੈ ਤੇ ਤੁਹਾਡੀ ਨੂੰਹ ਰਾਣੀ ਨੂੰ ਬੜਾ ਹੀ ਪਸੰਦ ਹੈ। ਨਾ ਬੇ ਪੁੱਤਰਾ ਨੂੰਹ ਦੀ ਬਾਰੇ ਇੰਝ ਗੱਲ ਨਹੀਂ ਕਰੀਦੀ, ਇੰਝ ਗੱਲ ਕਰਨੀ ਠੀਕ ਨਹੀਂ ਹੁੰਦੀ। ਆਹ ਬੜੇ ਹੀ ਸਾਲਾਂ ਦੀ ਗੱਲ ਹੈ, ਮੈਂ ਕਿੱਧਰੇ ਤੇਰੇ ਬਾਪੂ ਨੂੰ ਕਹਿ ਬੇਟੀ ਮੇਰੇ ਪੇਕਿਆਂ ਦਾ ਸਰਜੀਤ ਸਿੰਘ ਬੜਾ ਹੀ ਸੋਹਣਾ ਸੀ ਤਾਂ ਉਹਨੇ ਝੱਟ ਕਹਿਤਾ, ਫਿਰ ਤੂੰ ਉਹਨੂੰ ਖਸਮ ਬਣਾ ਲੈਂਦੀ। ਇਹ ਤਾਂ ਪੁੱਤਰਾ ਜੇ ਤੇਰੀ ਦਾਦੀ ਵਿੱਚ ਨਾ ਪੈਂਦੀ ਨਾ, ਤੇਰੇ ਬਾਪੂ ਨੇ ਮੇਰੀ ਬੜੀ ਬਾਪ ਕਾਢਣੀ ਸੀ। ਧੀਏ ਮਰਦਾਂ ਦੀ ਗੱਲ ਇਹ ਬੜੀ ਮਾੜੀ ਹੁੰਦੀ ਆ, ਉਹ ਆਪਣੀ ਤੀਵੀਂ ਦੇ ਮੂੰਹੋਂ ਕਿਸੇ ਉੱਪਰੇ ਮਰਦ ਦੀ ਤਾਰੀਫ ਨਹੀਂ ਬਰਦਾਸ਼ਤ ਕਰਦੇ। ਮਾਂ ਜੀ ਇਹ ਗੱਲੋਂ ਤਾਂ ਵੀ ਆਪਣੇ ਪਿਤਾ ਜੀ ਦੇ ਗਏ ਨੇ, ਉਹ ਗੱਲ ਵੱਖਰੀ ਹੈ ਕਿ ਮੈਨੂੰ ਤਾਂ ਡਰਦੀ ਡੁਰਦੀ ਨਹੀਂ। ਚੰਗਾ ਬੀਜੀ ਮੈਂ ਚੱਲੀ ਹਾਂ, ਰੋਟੀ ਮੈਂ ਬਣਾ ਚੱਲੀ ਹਾਂ ਗਰਮ ਕਰਕੇ ਖਾ ਲੈਣਾ, ਨਾ ਡਿਸ਼ ਵਾਸ਼ ਨਾ ਕਰਨਾ, ਮੈਂ ਆਪੇ ਕਰ ਲਵਾਂਗੀ। ਪਰ ਮੈਂ ਕਿਉਂ ਕਰਾਂ, ਇਹ ਆਪੇ ਕਰ ਲੈਣਗੇ। ਮੇਮ ਸਾਹਿਬ
ਪੀ ਗਰਮਾ ਗਰਮ ਚਾਏ। ਨਾ ਗੱਲ ਸੁਣ ਮੇਰੀ, ਦੇਸ਼ ਵਾਸੀ ਆਪੇ ਕਰ ਲੈਣਗੇ, ਨਾ ਬੀਜੀ ਦੇ ਬਾਪੂ ਜੀ ਸਾਹਮਣੇ ਮੈਨੂੰ ਮੁੰਡੂ ਬਣਾ ਕੇ ਰੱਖਣ। ਤੇ ਮੈਂ ਕਿਹਾ ਸੀ ਉਹਨਾਂ ਨੂੰ ਇੱਥੇ ਲੈ ਕੇ ਆਓ ਤਾਂ ਜੋ ਉਹ ਦੇਖ ਸਕਣ ਉਹਨਾਂ ਦਾ ਪੁੱਤਰ ਜਿਹਦੀ ਪੋਜਵੀ ਪੱਗ ਸਰ ਪਿੰਡ 'ਚ ਮਸ਼ਹੂਰ ਸੀ, ਅੱਜ ਹਰ ਨੇਕ ਸੂ ਤੋਂ ਨੇਕੂ ਬਣਿਆ ਫਿਰਦਾ। ਬੋਲੀ ਚ ਬੋਲੀ ਚ ਬੋਲੀ ਚ ਤੇ ਰਾਮ ਦਾ ਵਿਆਕਰ ਜ਼ਬਾਨ ਨੂੰ ਜਾ ਰਹੀ ਆ। ਬਾਏ ਬਾਏ ਬਾਏ। ਕਰੋ ਬੜੀਆਂ ਅਖਬਾਰਾਂ ਛਪਦੀਆਂ ਇੱਥੇ ਗੁਰਮੁਖੀ ਚ, ਹਰ ਤਰ੍ਹਾਂ ਦੀਆਂ ਇੰਡੀਅਨ ਨਾਲ ਰਿਲੇਟਡ ਖਬਰਾਂ ਹੁੰਦੀਆਂ, ਤੁਸੀਂ ਵੀ ਪੜ੍ਹ ਲਿਆ ਕਰੋ। ਕਿਹੋ ਜਿਹੀਆਂ ਖਬਰਾਂ ਪੁੱਤਰ? ਆਹੀ ਬੀਜੀ, ਸਰਕਾਰਾਂ ਬਣਦੀਆਂ ਖਬਰਾਂ, ਸਰਕਾਰਾਂ ਟੁੱਟਣ ਦੀਆਂ ਖਬਰਾਂ, ਆ ਮੰਤਰੀਆਂ ਨੂੰ ਕੈਦ ਹੋਣ ਦੀਆਂ ਖਬਰਾਂ, ਅੰਨਾ ਹਜ਼ਾਰੇ ਦੀਆਂ ਖਬਰਾਂ, ਰਾਮਦੇਵ ਦੀਆਂ ਖਬਰਾਂ, ਸਾਰੀਆਂ ਖਬਰਾਂ ਹੁੰਦੀਆਂ ਨੇ। ਉਹ ਨੇਕ, ਤੇਰੀ ਮਾਂ ਨੇ ਤਾਂ ਕਦੇ ਪਿੰਡ ਅਖਬਾਰ ਨਹੀਂ ਪੜ੍ਹੀ, ਇੱਥੇ ਕੀ ਪੜ੍ਹੂਗੀ? ਉਂਝ ਗੁਰਦੁਆਰੇ 'ਚ ਜਿਹੜਾ ਖਬਰਾਂ ਦਾ ਬੁਲੇਟਿਨ ਹੁੰਦਾ ਸੀ ਨਾ, ਓਏ ਆਪ ਵੀ ਸੁਣ ਕੇ ਆਉਂਦੀ ਸੀ ਤੇ ਅੱਗੋਂ ਮੈਨੂੰ ਵੀ ਸੁਣਾਉਂਦੀ ਸੀ। ਬਈ ਬੜੀਆਂ ਸਵਾਦਲੀਆਂ ਖਬਰਾਂ ਹੁੰਦੀਆਂ ਸਨ। ਕਿਹੋ ਜਿਹੀਆਂ ਖਬਰਾਂ ਹੁੰਦੀਆਂ ਸੀ ਬਾਪੂ ਜੀ? ਇਹੋ, ਬਾੜੀਆਂ ਦਾ ਰਾਸ਼ਨ ਪਿਓ ਨਾਲੋਂ ਵੱਖਰਾ ਹੋ ਗਿਆ, ਆ ਚੰਨੋ ਤੇ ਉਹਦੀ ਨੂੰਹ ਦੀ ਰਾਤ ਜੰਮ ਕੇ ਲੜਾਈ ਹੋਈ, ਤੇ ਆ ਚੱਠਿਆਂ ਦੀ ਨੂੰਹ ਦੇ ਔਲਾਦ ਨਹੀਂ ਸੀ ਹੁੰਦੀ, ਸਾਧ ਦੇ ਡੇਰੇ ਗਈ ਉਹਦੇ ਮੁੰਡਾ ਹੋ ਗਿਆ। ਬਾਪੂ ਜੀ, ਮੁੰਡੇ ਦੇਣ ਵਾਲੇ ਸਾਧ ਤਾਂ ਇੱਥੇ ਕੈਨੇਡਾ 'ਚ ਵੀ ਬੜੇ ਆ ਗਏ, ਅਖਬਾਰਾਂ 'ਚ ਬੜੀਆਂ ਛਾਪਦੀਆਂ ਉਹਨਾਂ ਦੀਆਂ ਐਡਾਂ। ਬਈ ਪੁੱਤ, ਇਹੋ ਗੱਲ ਮੈਂ ਤੇਰੇ ਨਾਲ ਕਰਨੀ ਸੀ। ਆ ਰਾਤ ਜਿਹੜਾ ਤੂੰ ਅਖਬਾਰ ਲਿਆਇਆ ਸੀ ਨਾ, ਉਹਦੇ 'ਚ ਇੱਕ ਇਸ਼ਤਿਹਾਰ ਸੀ ਬਾਬੇ ਘਣਸ਼ਾਮ ਦਾ, ਆਪਣੇ ਨਾਲ ਦੇ ਪਿੰਡ ਘੋਲੀਆਂ ਦਾ ਘਣਸ਼ਾਮਾ। ਅੱਛਾ, ਮੈਂ ਤਾਂ ਪਛਾਣ ਲਿਆ, ਉੱਥੇ ਤਾਂ ਮੇਰੇ ਸਲੇ ਦੀਆਂ ਆਪਣੀਆਂ ਚਾਰ ਕੁੜੀਆਂ ਨੇ ਤੇ ਇੱਥੇ ਲੋਕਾਂ ਨੂੰ ਮੁੰਡੇ ਦਿੰਦਾ ਫਿਰਦਾ। ਇਹੋ ਜਿਹੀਆਂ ਗੱਲਾਂ ਪੁੱਤ ਹੈਰਾਨ ਕਰਦੀਆਂ ਨੇ ਬੜਾ। ਓਏ ਬਾਪੂ ਜੀ, ਇਹਦੇ 'ਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ, ਦਰਅਸਲ ਜਿਹੋ ਜਿਹੀ ਜ਼ਿੰਦਗੀ ਅਸੀਂ ਇੱਥੇ ਜੀ ਰਹੇ ਹਾਂ ਨਾ, ਉੱਪਰਲੀ ਨਜ਼ਰੋਂ ਵੇਖਿਆ ਲੱਗਦਾ ਕਿ ਅਸੀਂ ਬਹੁਤ ਅੱਗੇ ਦੀ ਜ਼ਿੰਦਗੀ ਜੀ ਰਹੇ ਹਾਂ, ਜੇ ਸੱਭਿਆਚਾਰ ਦੇ ਲਿਹਾਜ਼ ਨਾਲ ਵੇਖੀਏ ਤਾਂ ਅਸੀਂ ਬਹੁਤ ਪਿੱਛੇ। ਬਈ ਪੁੱਤ, ਇਹ ਗੱਲ ਤਾਂ ਸਾਫ਼ ਜ਼ਾਹਰ ਹੈ, ਆ ਪਿਛਲੇ ਹਫ਼ਤੇ ਤੂੰ ਮੈਨੂੰ ਜਿਹੜੇ ਵਿਆਹ 'ਤੇ ਲੈ ਕੇ ਗਿਆ ਸੀ ਨਾ, ਉੱਥੇ ਜਿਹੜੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ ਉਹਨਾਂ ਨੂੰ ਵੇਖ ਕੇ ਸਾਫ਼ ਲੱਗਦਾ ਹੈ ਕਿ ਕੈਨੇਡਾ ਆ ਵਸੇ ਕੁਝ ਵੀਰ ਤਾਂ ਸਾਡੇ ਤੋਂ ਵੀ ਬਹੁਤ ਪਿੱਛੇ ਨੇ। ਇਹ ਬਿਲਕੁਲ ਗੱਡੀ ਤੁਹਾਡੀ ਸੱਚੀ ਹੈ ਬਾਪੂ ਜੀ, ਇਹ ਮੈਂ ਚੱਲਿਆ ਕੰਮ 'ਤੇ ਬੀਜੀ, ਮਗਰੋਂ ਜੀ ਕਰੇ ਨਾ ਚਾਹ ਬਣਾਉਣ ਨੂੰ, ਚੁੱਪ ਕਰਕੇ ਰਸੋਈ 'ਚ ਜਾਇਓ, ਨਿੱਕੀ ਲਾਚੀ ਥੋੜ੍ਹਾ ਜਿਹਾ ਅਦਰਕ ਪਾ ਲਿਓ, ਐਵੇਂ ਪਿਆਲੀ ਟੁੱਟਣ ਦੇ ਡਰੋ ਕਿਤੇ, ਬੈਠੇ ਨਾ ਰਹੋ ਚਾਹ ਬਣੋ। ਇਹ ਬਾਪੂ ਜੀ, ਤੁਹਾਡਾ ਵੀ ਜੀ ਕਰੇ ਨਾ, ਆ ਪਾਰਕ ਵੱਲ ਗੇੜਾ ਗੁੜਾ ਲਾਇਆ ਕਰਿਓ, ਇੱਥੇ ਘਬਰਾਹਟ ਹੋਵੇ ਤੇ ਚੰਗਾ ਛੇਤੀ ਆਉਂ ਸ਼ਾਮ ਨੂੰ। ਓ ਯਾਰ, ਨਾਲੇ ਡੱਬੇ 'ਚੋਂ ਕੁਝ ਖਾਇਆ ਆ ਕਰ, ਇਹਨੂੰ ਇੱਦਾਂ ਹੀ ਮੋੜ ਲਿਆਉਣਾ। ਖਾ ਕੇ ਆਉਂਗਾ ਬਾਪੂ ਜੀ। ਚੰਗਾ ਚੰਗਾ, ਨੇਕ ਦੀ ਮਾਂ, ਆ ਤੈਨੂੰ ਮੈਂ ਬਾਬੇ ਘਣਸ਼ਾਮੇ ਦੀ ਫੋਟੋ ਵਿਖਾਵਾਂ। ਨਾ ਫੋਟੋ ਤਾਂ ਹੋਈ, ਮੇਰੀ ਇੱਕ ਗੱਲ ਸੁਣ ਲਵਾ, ਅਨੂ ਨਾ ਤੇਰ ਮੈਨੂੰ ਚੰਗੇ ਨਹੀਂ ਲੱਗਦੇ। ਉਹ ਕੋਈ ਹੋਰ ਗੱਲ ਹੋ ਗਈ ਹੁਣ? ਹੋਣਾ ਕੀ ਸੀ, ਇੱਕ ਪਿਆਲੀ ਕੀ ਟੁੱਟ ਗਈ, ਸੌ ਗੱਲਾਂ ਸੁਣਾਈਆਂ ਇਹਨੇ, ਅਖੇ ਮੈਂ ਤੇ ਨਹੀਂ ਬੁਲਾਇਆ ਸੀ ਇਹਨਾਂ ਨੂੰ ਇੱਥੇ। ਓਏ ਚੱਲ, ਗੁੱਸਾ ਨਹੀਂ ਕਰੀਦਾ ਭਲੀਏ ਲੋਕੇ, ਆਪਾਂ ਕਿਹੜਾ ਇੱਥੇ ਬੈਠੇ ਰਹਿਣਾ, ਚਾਰ ਦਿਨ ਰਹਿ ਕੇ ਵਾਪਸ ਚਲੇ ਜਾਵਾਂਗੇ। ਚਲੇ ਜਾਵਾਂਗੇ ਨਾ, ਕਿਹੜੀ ਗੱਲਾਂ ਚਲੇ ਜਾਵਾਂਗੇ, ਚਲੇ ਜਾਵਾਂਗੇ, ਆਪਣੇ ਪੁੱਤ ਦੇ ਘਰ ਆਏ ਆ। ਓ ਬਈ, ਪੁੱਤ ਦਾ ਘਰ ਤਾਂ ਜ਼ਰੂਰ ਹੈ, ਇਹਦੇ ਤੇ ਨੂੰਹ ਰਾਣੀ ਦਾ ਵੀ ਹੱਕ ਹੈ, ਨਾਲੇ ਨੇਕ ਦੀ ਮਾਂ, ਜਿੱਥੋਂ ਤੱਕ ਘਰਾਂ ਦਾ ਤਾਲੁਕ ਹੈ ਨਾ, ਇਹ ਤਾਂ ਹੁੰਦੇ ਹੀ ਨੂੰਹ ਰਾਣੀਆਂ ਦੇ ਨੇ, ਆ ਘਰ ਚਲਾਉਣ ਦੀ ਜ਼ਿੰਮੇਵਾਰੀ ਜੋ ਉਹਨਾਂ ਦੀ ਹੁੰਦੀ ਹੈ, ਤੇ ਆਪਣੀ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਠੀਕ ਨਹੀਂ। ਦਖਲ ਅੰਦਾਜ਼ੀ? ਨਾ ਕਿਹੜੀ ਦਖਲ ਅੰਦਾਜ਼ੀ? ਇਹੋ, ਜਿਵੇਂ ਪਿੰਡ ਵਾਲਾ ਘਰ ਤੇਰਾ ਤੇ ਉਹਦੇ 'ਚ ਤੂੰ ਕਿਸੇ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕਰਦੀ, ਇੱਥੋਂ ਤੱਕ ਕਿ ਮੇਰੀ ਵੀ। ਤੇ
ਧੰਮੋ ਪਿੱਛੇ ਥੋੜਾ ਬਖੇੜਾ ਪਾਇਆ ਸੀ। ਬਖੇੜਾ? ਕਾਹਦਾ ਬਖੇੜਾ? ਇਹੀ ਕਿਹਾ ਕਿ ਤਿੰਨਾਂ ਪੀੜ੍ਹੀਆਂ ਤੋਂ ਸਾਡੇ ਘਰੇ ਕੰਮ ਕਰਦੀ ਆ ਉਹ। ਦਾਦਾ ਜੀ ਵੇਲੇ ਉਹ ਸੀ, ਬਾਪੂ ਜੀ ਵੇਲੇ ਉਹ ਸੀ, ਤੇ ਜਿੰਨਾ ਚਿਰ ਜਿਉਂਦੀ ਹੈ ਉਹਨੂੰ ਹਟਾਉਣਾ ਥੋੜਾ। ਤਿੰਨਾਂ ਪੀੜ੍ਹੀਆਂ ਤੋਂ ਰਿਸ਼ਤਾ ਹੈ ਸਾਡੇ ਨਾਲ ਉਹਦਾ। ਰਿਸ਼ਤਾ ਤਾਂ ਇਹਦਾ ਮਤਲਬ ਇਹ ਨਹੀਂ ਉਹਨੂੰ ਸਿਰ ਤੇ ਬਿਠਾ ਕੇ ਰੱਖੀਏ, ਕੰਮ ਉਹਦੇ ਕੋਲ ਕੋਈ ਹੁੰਦਾ ਨਹੀਂ। ਕੰਮ ਨਹੀਂ ਹੁੰਦਾ ਕਿਸੇ ਹੋਰ ਕੋਲੋਂ ਕਰਵਾ ਲਓ। ਜਿੰਨਾ ਚਿਰ ਜਿਉਂਦੀ ਹੈ ਉਹ ਹਟਾਈ ਨਹੀਂ ਜਾ ਸਕਦੀ, ਨਾ ਹੀ ਉਹਨੂੰ ਦਿੱਤੇ ਜਾਣ ਵਾਲਾ ਮਹੀਨਾ ਬੰਦ ਕੀਤਾ ਜਾ ਸਕਦਾ। ਨੇਕ ਦੀ ਮਾਂ, ਨਹੀਂ ਹਟਾਇਆ ਜਾ ਸਕਦਾ ਤੇ ਫਿਰ ਨਾ ਦਿਓ ਪੈਨਸ਼ਨ ਸਰਕਾਰ ਵਾਂਗ ਉਹਨੂੰ। ਓਏ ਉਹਦੀ ਕੀ, ਮੈਂ ਤਾਂ ਸਾਰੇ ਬਜ਼ੁਰਗਾਂ ਦੀ ਪੈਨਸ਼ਨ ਲਾ ਦਿਆਂ। ਨੇਕ ਦੀ ਮਾਂ, ਸਾਡੇ ਮੁਲਕ ਦੇ ਵਰਤਾਰੇ ਵਿੱਚ ਸਭ ਤੋਂ ਵੱਡਾ ਨੁਕਸ ਹੀ ਇਹ ਹੈ, ਸਾਰੀ ਉਮਰ ਬੰਦਾ ਕੰਮ ਕਰਦਾ ਰਹਿੰਦਾ ਤੇ ਫਿਕਰ ਇੱਕੋ ਲੱਗਦਾ ਕਿ ਉਸ ਦੀ ਬੁੱਢੇ ਬਾਰੇ ਸੇਵਾ ਕੌਣ ਕਰ। ਪਰ ਇਹਨਾਂ ਮੁਲਕਾਂ ਵਿੱਚ ਇਹੋ ਜਿਹਾ ਕੋਈ ਫਿਕਰ ਨਹੀਂ। ਅੱਛਾ, ਇਹ ਤੁਹਾਨੂੰ ਕਿੱਦਾਂ ਪਤਾ? ਮੈਂ ਬਜ਼ੁਰਗਾਂ ਦੀ ਕਲੱਬਾਂ 'ਚ ਗਿਆ ਬੜੀ ਵਾਰੀ, ਹੱਸਦੇ ਨੇ, ਤਾਸ਼ ਖੇਡਦੇ ਨੇ, ਸਵੇਰੇ ਘਰੋਂ ਤਿਆਰ ਹੋ ਕੇ ਨਿਕਲ ਜਾਂਦੇ ਨੇ ਤੇ ਕਿਸੇ ਨੂੰ ਚੁੱਪਦੇ ਵੀ ਨਹੀਂ। ਆਪਣੀ ਪੈਨਸ਼ਨ ਵਾਲਾ ਲਿਫਾਫਾ ਜੋ ਘਰੇ ਦੇ ਦਿੰਦੇ ਨੇ ਤੇ ਨਾਲੇ ਆ ਨੂੰਹ ਰਾਣੀਆਂ ਵੀ ਖੁਸ਼ ਰਹਿੰਦੀਆਂ। ਨੇਕ ਦੀ ਮਾਂ, ਤੇ ਤੁਸੀਂ ਵੀ ਕੋਈ ਲਿਫਾਫਾ ਨੂੰਹ ਰਾਣੀ ਦੇ ਹੱਥ ਲਿਆ ਕੇ ਧੰਦੇ ਕਰੋ ਤਾਂ ਜੋ ਮੇਰੇ ਕੋਲ ਪਿਆਲੀ ਟੁੱਟਣ ਤੇ ਨੱਕ ਮੂੰਹ ਨਾ ਵੱਟਿਆ ਕਰੇ। ਹੁਣ ਸਾਰਾ ਮੋਹ ਮੁਹੱਬਤ ਬਸ ਲਿਫਾਫਿਆਂ ਤੱਕ ਹੀ ਤਾਂ ਰਹਿ ਗਿਆ ਹੈ। ਇਸ ਵਿੱਚ ਕੀ ਸ਼ੱਕ ਹੈ ਨੇਕ ਦੀ ਮਾਂ, ਲਿਫਾਫੇ ਦੀ ਕਦਰ ਹੀ ਬਹੁਤ ਵੱਧ ਗਈ ਹੈ ਇੱਥੇ ਵੀ ਤੇ ਆਪਣੇ ਮੁਲਕ ਵਿੱਚ ਵੀ। ਆਪਣੇ ਮੁਲਕ ਦੀ ਸਿਆਸਤ ਤਾਂ ਹੁਣ ਲਿਫਾਫੇ ਦੀ ਹੋ ਕੇ ਰਹਿ ਗਈ ਹੈ। ਅੱਛਾ, ਉਹ ਕਿਸ ਤਰ੍ਹਾਂ? ਲਿਫਾਫੇ ਦਾ ਮਤਲਬ ਹੁੰਦਾ ਖੁਫੀਆ ਰਕਮ, ਖੁਫੀਆ ਤਾਂ ਸਮਝਦੀ ਆ ਨਾ। ਅਜੇ ਵਿਰੋਧੀ ਪਾਰਟੀ ਦੇ MLA ਖਰੀਦਣੇ ਹੋਣ, ਵੱਖ ਵੱਖ ਰਕਮਾਂ ਦੇ ਲਿਫਾਫੇ ਆਪਣੇ ਬੋਝੇ ਪਾ ਲਓ, ਮੌਕਾ ਮਿਲਦਿਆਂ MLA ਦੀ ਔਕਾਤ ਵਾਲਾ ਲਿਫਾਫਾ ਉਸ ਨੂੰ ਫੜਾ ਦਿਓ। ਨਾ ਹੁਣ MLA ਵੀ ਬਕਾਊ ਮਾਲ ਹੋ ਗਿਆ। MLA, ਡਾਕਟਰ, ਵਕੀਲ, ਪੁਲਿਸ ਵਾਲੇ ਤੇ ਆ ਜਿਨ੍ਹਾਂ ਤੋਂ ਸਾਨੂੰ ਇਨਸਾਫ਼ ਦੀ ਉਮੀਦ ਹੁੰਦੀ ਹੈ ਨੇਕ ਦੀ ਮਾਂ, ਹੁਣ ਤਾਂ ਉਹ ਵੀ ਲਿਫਾਫੇ ਦੀ ਕਦਰ ਕਰਦੇ ਨੇ। ਅਤੇ ਆ MLA ਜਿਨ੍ਹਾਂ ਨੂੰ ਲੋਕਾਂ ਨੇ ਚੁਣਿਆ ਹੁੰਦਾ, ਉਹਨਾਂ ਨੂੰ ਲੋਕਾਂ ਦੀ ਪਰਵਾਹ ਨਹੀਂ, ਪਰਵਾਹ ਹੈ ਤਾਂ ਸਿਰਫ ਲਿਫਾਫੇ ਦੀ। ਨਾਲੇ ਆ ਪਾਰਟੀਆਂ ਦੇ ਲੀਡਰ ਤਾਂ ਆਪਣੇ ਪੈਰੋਕਾਰਾਂ ਨੂੰ ਦੂਰ ਬੱਸਾਂ 'ਚ ਬਿਠਾ ਕੇ ਲੈ ਜਾਂਦੇ ਨੇ ਅਤੇ ਪਹਿਰਾ ਦਿੰਦੇ ਨੇ ਕਿ ਕੋਈ ਦੂਜੀ ਪਾਰਟੀ ਵਾਲਾ ਉਹਨਾਂ ਨੂੰ ਲਿਫਾਫਾ ਨਾ ਫੜਾ ਦੇਵੇ। ਗੋਗੜ ਐਡੀ ਹੋ ਗਈ ਆ ਉਹਦੀ, ਆ ਦੇਖ, ਆ ਮੈਂ ਦੇਖਿਆ ਸੀ, ਆ ਕਿੱਥੇ ਆ ਦੇਖ ਕਿਵੇਂ ਬੈਠਾ ਮੇਰੇ ਸਾਲੇ ਦਾ ਆਸਣ ਤੇ ਜਿਵੇਂ ਕੂਸ ਆਉਂਦੇ ਵਾਲਾ ਸਾਹ। ਉਹ ਗੱਲ ਵੱਖਰੀ ਆ, ਨਾ ਇਹਦੇ ਕੋਲ ਕੋਈ ਆਪਣਾ ਮਹਿਲ ਹੈ ਤੇ ਨਾ ਕੋਈ ਮੰਤਰੀ ਇਹਦੀ ਗੰਡੌਤ ਕੱਢਦਾ, ਨਾ ਇਹਨੂੰ ਮੁਫਤ ਬਿਜਲੀ। ਜਦੋਂ ਦੇ ਸਵੇਰ ਤੋਂ ਸ਼ੁਰੂ ਹੁੰਦੇ ਮਾਸਟਰਾਂ ਨੂੰ ਬੋਲੀ ਜਾਂਦੇ, ਗੁੱਸਾ ਕਿਉਂ ਕਰਦੀ ਹੈ? ਚੱਲ ਆ ਚਾਹ ਬਣਾ, ਘੁੱਟ ਘੁੱਟ ਸਰੀਰ ਦਰਦ ਕਰੀ ਜਾਂਦਾ ਸਵੇਰ ਦਾ, ਇਕੱਠੇ ਬਹਿ ਕੇ ਪੀਂਦੇ ਆ ਰਸੋਈ 'ਚ। ਪਰਦੇਸ ਜਿਨ੍ਹਾਂ ਦੇ ਧੀਆਂ ਪੁੱਤਰ ਬੁੱਢੇ ਵਾਰੇ ਬਣਨ ਮੁਸਾਫਿਰ, ਨਾ ਦਿਲ ਲੱਗੇ ਵਿੱਚ ਵਲੈਤੀ, ਨਾ ਦੇਸ ਮਿਲੇ ਤਰਵਾਸ। ਇੱਕ ਐਸਾ ਸੰਤਾਪ ਮੇਰੀ ਇੱਕ ਗੱਲ ਸੁਣ ਲਓ, ਤੁਹਾਡਾ ਕੋਈ ਹੱਕ ਨਹੀਂ ਬਣਦਾ ਮੇਰੀ ਲਾਈਫ ਨੂੰ ਹੈਲ ਬਣਾਉਣ ਦਾ। ਅੱਛਾ, ਤੇਰੀ ਲਾਈਫ ਹੈਲ ਬਣ ਗਈ ਆ ਤੇ ਉਹਦੇ ਤੋਂ ਵੀ ਉੱਪਰ ਮੈਂ ਹੈਲ ਬਣਾਤੀ ਆ, ਬਈ ਮੈਂ ਕੁਝ ਸਮਝਿਆ? ਇਹੋ ਤਾਂ ਪ੍ਰੋਬਲਮ ਹੈ, ਸਮਝਦੇ ਕੁਝ ਨਹੀਂ ਨਾ। ਤੂੰ ਬਹਿ ਕੇ ਸਮਝਾਵੇਂ ਵੀ, ਹਰ ਵੇਲੇ ਚੜੇ ਘੋੜੇ ਸਵਾਰ ਰਹਿੰਦੀ ਆ ਜਿੱਦਾਂ ਜੰਗ ਲੱਗੀ ਆ। ਆਹੋ, ਜੰਗ ਹੀ ਲੱਗੀ ਆ। ਤੁਸੀਂ ਤਾਂ ਆਪਣਾ ਫਰਜ਼ ਪੂਰਾ ਕਰ ਲਿਆ ਕਿ ਮਾਂ ਪਿਓ ਨੂੰ ਇੰਡੀਆ ਤੋਂ ਬੁਲਾ ਲਿਆ ਤੇ ਅੱਗੇ ਉਹਨਾਂ ਦੀ ਖਿਦਮਤ ਹੋ ਰਹੀ ਹੈ, ਇਸ ਘਰ 'ਚ ਮੇਰੀ ਪ੍ਰਾਈਵੇਸੀ ਕਿੱਥੇ ਜਾ ਰਹੀ ਹੈ, ਕਦੇ ਇਹਦੇ ਬਾਰੇ ਸੋਚਿਆ? ਨਾ ਤੈਨੂੰ ਕੁਝ ਕਹਿੰਦੇ ਆ?
ਉਹ ਕੁਝ ਨਹੀਂ ਕਹਿੰਦੇ। 8 ਘੰਟੇ ਤੋਂ ਬਾਅਦ ਜਦੋਂ ਮੈਂ ਕੰਮ ਤੋਂ ਘਰੇ ਆਉਣੀ ਆ ਨਾ, ਮੈਂ ਚਾਹੁੰਦੀ ਆ ਮੈਂ ਆਰਾਮ ਕਰਾਂ, ਰਿਲੈਕਸ ਕਰਾਂ, ਪਰ ਉਹਨਾਂ ਦੀ ਹਾਜ਼ਰੀ 'ਚ ਮੈਂ ਇਹ ਨਹੀਂ ਕਰ ਸਕਦੀ। ਪਰ ਮੈਂ ਤੇ ਕਦੇ ਨਹੀਂ ਵੇਖਿਆ ਕਿ ਉਹਨਾਂ ਕੋਈ ਇੰਟਰਫੇਅਰ ਕੀਤਾ ਹੋਵੇ ਤੇਰੇ ਮਾਮਲੇ 'ਚ। ਉਹ ਇੰਟਰਫੇਅਰ ਨਹੀਂ ਕਰਦੇ, ਪਰ ਉਹਨਾਂ ਦੀ ਪ੍ਰੈਜ਼ੈਂਸ ਇੰਟਰਫੇਅਰ ਕਰਦੀ ਆ। ਆਪਾਂ ਨੂੰ ਇਹਦਾ ਕੋਈ ਸੋਲੂਸ਼ਨ ਲੱਭਣਾ ਪੈਣਾ। ਦਿਸ ਕੈਨਟ ਕੰਟੀਨਿਊ ਲਾਈਕ ਦਿਸ ਐਨੀ ਮੋਰ। ਮੈਂ ਸੋਚਿਆ ਵੀ ਆਪਾਂ ਇਦਾਂ ਕਰਦੇ ਆ, ਵੱਡੀ ਅਕੋਮੋਡੇਸ਼ਨ ਵਾਲਾ ਘਰ ਲੈ ਲੈਨੇ ਆ ਜਿਸ ਬੇਸਮੈਂਟ ਵਗੈਰਾ ਬਣੀ ਹੋਵੇ, ਸਾਰਾ ਮਸਲਾ ਹੱਲ ਹੋ ਜਾਵੇ। ਉਹਦੇ ਲਈ ਪੈਸੇ ਕਿੱਥੋਂ ਆਣਗੇ? ਮੋਰਗੇਜ ਮੋਰਗੇਜ ਲੈ ਲਓ, ਮੋਰਗੇਜ ਲੈ ਕੇ ਆਪ ਦੇ ਨਾਲ ਨਾਲ ਮੇਰੀ ਜ਼ਿੰਦਗੀ ਨੂੰ ਵੀ ਹੱਲ ਬਣਾ ਦੇਣਾ। ਹੋ ਵਾ, ਆਈ ਗਾਟ ਐਨ ਆਈਡੀਆ। ਕਿਉਂ ਨਾ ਆਪਾਂ ਇੰਜ ਕਰੀਏ, ਬੀਜੀ ਬਾਪੂ ਜੀ ਨੂੰ ਵਾਪਸ ਇੰਡੀਆ ਭੇਜ ਦਈਏ। ਅੱਛਾ, ਤੇ ਉੱਥੇ ਉਹਨਾਂ ਨੂੰ ਉਹੀ ਸਾਰੇ ਕੰਫਰਟ ਪ੍ਰੋਵਾਈਡ ਕਰੀਏ ਜੋ ਇੱਥੇ ਕਰ ਰਹੇ ਆ। ਕਿਹੜੇ ਕੰਫਰਟਸ ਪ੍ਰੋਵਾਈਡ ਕਰੀਏ? ਆਪਾਂ ਪਿੰਡ ਵਾਲੇ ਘਰ 'ਚ ਵਧੀਆ ਵਾਸ਼ਰੂਮ ਬਣਾ ਦਈਏ, ਨਾਲੇ ਕਿਚਨ 'ਚ ਲਾਈਏ ਇਲੈਕਟ੍ਰਿਕ ਡਿਵਾਈਸਿਸ, ਕਿਚਨ ਨੂੰ ਡਿਜ਼ਾਈਨਰ ਬਣਾ ਦਈਏ ਤਾਂ ਜੋ ਬਾਪੂ ਜੀ ਵੀ ਖੜੇ ਖੜੋਤੇ ਆਪਦੇ ਮੁਤਾਬਕ ਦੀ ਚਾਹ ਬਣਾ ਲਿਆ ਕਰਨ। ਤੇ ਨਾਲ ਇੱਕ ਡਬਲ ਬੈੱਡ ਲਵਾ ਦਈਏ ਜਿੱਥੇ ਬੀਜੀ ਤੇ ਬਾਪੂ ਜੀ ਇਕੱਠੇ ਸੋਇਆ ਕਰਨ ਤੇ ਲਾਕੇ ਜਲੂਸ ਨਿਕਲ ਜਾਏ। ਨਾ ਜਲੂਸ ਕਿਉਂ ਨਿਕਲੂਗਾ, ਆਫਟਰ ਆਲ ਦੇ ਆਰ ਹਸਬੰਡ ਵਾਈਫ। ਕੀ ਕਿਹਾ ਤੂੰ? ਕੀ ਕਿਹਾ? ਜਲੂਸ ਕਿਉਂ ਨਿਕਲ ਜਾਊਗਾ, ਆਫਟਰ ਆਲ ਦੇ ਆਰ ਹਸਬੰਡ ਵਾਈਫ। ਕਿਹੜੇ ਕਿਹੜੇ ਜਹਾਨ 'ਚ ਫਿਰਦੀਆਂ ਮੈਡਮ? ਉਹ ਕੈਨੇਡਾ ਨਹੀਂ, ਸਾਡਾ ਪਿੰਡ ਆ ਪਿੰਡ, ਤੇ ਪਿੰਡ ਆ ਪੰਜਾਬ 'ਚ, ਤੇ ਪੰਜਾਬ ਆ ਇੰਡੀਆ 'ਚ। ਫਾਰ ਯੂਰ ਕਾਈਂਡ ਇਨਫੋਰਮੇਸ਼ਨ ਮਿਸਟਰ, ਇੰਡੀਆ ਪੰਜਾਬ 'ਚ, ਚੰਡੀਗੜ੍ਹ ਵੀ ਤਾਂ ਪੰਜਾਬ 'ਚ ਹੀ ਆ, ਉੱਥੇ ਤਾਂ ਕਿਸੇ ਦਾ ਜਲੂਸ ਨਹੀਂ ਨਿਕਲਦਾ, ਉੱਥੇ ਤਾਂ ਇਹ ਸਭ ਕੁਝ ਕਾਮਨ ਹੈ। ਅੱਛਾ, ਖੈਰ ਤੁਹਾਡੇ ਪੇਰੈਂਟਸ, ਤੁਹਾਡੀ ਪ੍ਰੋਬਲਮ। ਮੇਰੇ ਪੇਰੈਂਟਸ? ਮੇਰੇ ਪ੍ਰੋਬਲਮ ਨਾ, ਮੇਰੇ ਪੇਰੈਂਟਸ ਤੇਰੇ ਕੋਈ ਨਹੀਂ ਲੱਗਦੇ? ਜੇ ਤੁਹਾਡੇ ਲੱਗਦੇ ਨੇ ਨਾ ਤਾਂ ਮੇਰੇ ਵੀ ਲੱਗਦੇ ਨੇ, ਇਹਦਾ ਮਤਲਬ ਇਹ ਨਹੀਂ ਬਣ ਜਾਂਦਾ ਕਿ ਸਿਰ ਤੇ ਬਿਠਾ ਲਵਾਂ। ਓਹੋ ਬਾਬਾ, ਮੈਨੂੰ ਸੋਚਣ ਦਾ ਮੌਕਾ ਤੇ ਦੇ ਕੋਈ। ਹਰ ਵੇਲੇ ਸੋਚਣਾ ਨਹੀਂ, ਹੁਣ ਤੁਹਾਨੂੰ ਕੁਝ ਕਰਨਾ ਪੈਣਾ। You have to do something about it. You have to. ਦੁੱਖ ਦਾ ਦੁੱਖ ਮਿਟਾਉਣਾ ਚਾਹੁੰਦੇ, ਸਰਵਣ ਪੁੱਤ ਵੀ ਹੋਣਾ ਚਾਹੁੰਦੇ, ਪਰਦੇਸੀ ਪੁੱਤ ਧੀਆਂ ਚਾਹ ਕੇ ਵੀ ਕਰ ਸਕਣ ਨਾ ਦਿਲ ਦੀ ਬਾਤ। ਇੱਕ ਐਸਾ ਸੰਤਾਪ ਮੇ ਲੋਕਾ, ਇੱਕ ਐਸਾ ਸੰਤਾਪ। ਬੀਜੀ ਕੀ ਕਰਨਾ ਪਊਗਾ ਬਾਪੂ ਜੀ ਨੂੰ, ਜਾਂ ਤੁਹਾਡੇ ਵਾਲੇ ਹਰਨੇਕ ਸਿੰਘ ਨੂੰ ਕੀ ਕਰਨਾ ਪਊ? ਪੁੱਤ ਇਹੋ ਹੀ ਫੈਸਲਾ ਕਰਨਾ ਪੈਣਾ, ਪਿੰਜ ਰਹਿਣਾ ਤੇ ਕਿੱਥੇ ਕਿੱਥੇ ਰਹਿਣਾ। ਅੱਛਾ, ਪਿੰਜ ਵਕਤ ਗੁਜ਼ਾਰਨਾ? ਹਾਂ। ਇਹ ਨਹੀਂ ਮੈਂ ਬੱਸ ਸਟੈਂਡ ਤੇ ਇਕੱਲੀ ਖੜੀ ਰਹਾਂ ਤੇ ਪਿੰਡ ਵਾਲੇ ਸੋਹਣ ਸਿੰਘ ਨਾਲ ਘੰਟੇ ਬੱਤੀ ਗੱਲਾਂ ਕਰੀ ਜਾਣ। ਅੱਛਾ ਅੱਛਾ, ਸੋਹਣ ਅੰਕਲ ਮਿਲ ਪਿਆ ਸੀ? ਆਹੋ ਨੇਕ, ਉਹਦੇ ਨਾਲ ਗੱਲਾਂ ਸ਼ੁਰੂ ਹੋ ਗਈਆਂ। ਆਇਆ ਤਾਂ ਬੜਾ ਪੁਰਾਣਾ ਇੱਥੇ, ਪੁੱਤਰ ਦੇ ਬੁਲਾਉਣ 'ਤੇ ਆਇਆ ਸੀ, ਹੁਣ ਵੱਖਰਾ ਹੋ ਗਿਆ। ਪੁੱਛਣ ਲੱਗਾ ਮਾਸਟਰ ਜੀ ਕਿਹੋ ਜਿਹਾ ਲੱਗਾ ਕੈਨੇਡਾ, ਤੇ ਬਸ ਫਿਰ ਸ਼ੁਰੂ ਹੋ ਗਏ ਮਾਸਟਰਾਂ ਨਾਲ ਭਾਸ਼ਣ ਦੇਣ। ਤੇ ਗੁਰੂਆਂ ਨੇ ਤਾਂ ਜਾਤ ਪਾਤ ਦੇ ਵਿਤਕਰੇ ਦੂਰ ਕੀਤੇ ਸੀ, ਇੱਥੇ ਗੁਰੂਆਂ ਦੇ ਨਾਂ 'ਤੇ ਘਰ ਸਾਰੇ ਜਾਂਦੇ ਆ, ਪਿੰਡਾਂ ਚੱਲ ਕੇ ਕੈਨੇਡਾ ਆ ਗਏ, ਪਰ ਮਾਸਟਰਾਂ ਨੂੰ ਲੰਬੀ ਗੱਲ ਕਰਨ ਦੀ ਆਦਤ ਨਹੀਂ ਗਈ। ਮੁਰਲੀ ਮੈਂ ਕਮਾ, ਤੂੰ ਪਿੰਡੋਂ ਚੱਲ ਕੇ ਕੈਨੇਡਾ ਆ ਗਈ, ਤੇਰੀ ਵਿੱਚੋਂ ਗੱਲ ਟੋਕਣ ਦੀ ਆਦਤ ਨਹੀਂ ਗਈ। ਮੈਂ ਪੁੱਤ ਆ, ਮੈਂ ਹਰਨੇਕ ਸਿਓ, ਮੈਂ ਤਾਂ ਕੁਝ ਹੋਰ ਹੀ ਸੁਣ ਕੇ ਆਈ ਆ। ਇਹ ਕੀ ਸੁਣਿਆ ਬੀਜੀ ਤੁਸੀਂ? ਆ ਕਹਿੰਦੇ ਸੋਹਣ ਸੋਹਣੇ ਗੋਰੀ ਰੱਖੀ ਆ। ਉਹ ਬੀਜੀ, ਉਹਨੇ ਗੋਰੀ ਰੱਖੀ ਨਹੀਂ, ਗੋਰੀ ਨਾਲ ਵਿਆਹ ਕਰਵਾਇਆ। ਅੱਛਾ ਪੁੱਤ, ਤੁਹਾਨੂੰ ਪਤਾ ਜਦੋਂ ਸੋਹਣ ਅੰਕਲ ਨੇ ਕੈਨੇਡਾ ਆਉਣਾ ਸੀ, ਇਹਦੀ ਘਰਵਾਲੀ ਤਾਂ ਉੱਥੇ ਪੂਰੀ ਹੋ ਗਈ ਸੀ। ਜਦੋਂ ਇੱਥੇ ਆਇਆ ਆਪਣੇ ਮੁੰਡੇ ਕੋਲ ਤੇ ਨੂੰਹ ਕੋਲ, ਇਹਨਾਂ ਨੇ ਥੋੜੇ ਸਮੇਂ ਬਾਅਦ ਉਹਨੂੰ ਘਰੋਂ ਬਾਹਰ ਕੱਢਤਾ। ਉਹਨੇ ਵਿਚਾਰੇ ਨੇ ਬੇਸਮੈਂਟ ਲੈ ਲਈ ਨਾਲ, ਲੱਗ ਗਿਆ ਫੈਕਟਰੀ 'ਚ ਕੰਮ ਕਰਨ, ਉੱਥੇ ਗੋਰੀ ਕੰਮ ਕਰਦੀ ਸੀ। ਅੱਛਾ ਪੁੱਤ, ਇਹਦਾ ਘਰ ਵਾਲਾ ਵੀ ਪਹਿਲਾਂ ਫੌਤ ਹੋ ਚੁੱਕਾ ਸੀ, ਸੋ ਦੋਵਾਂ ਨੇ ਰਲ ਕੇ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ ਕਰ ਲਿਆ। ਇਹ ਬਾਪੂ ਜੀ ਹੋਰ ਕੀ ਕਹਿੰਦਾ ਸੀ ਸੋਹਣ ਅੰਕਲ? ਨੇਕ, ਕਹਿੰਦਾ ਸੀ ਕਿਸੇ ਵੇਲੇ ਘਰ ਆਏਗਾ, ਨਾਲੇ ਆ ਕਈ ਕੰਮਾਂ ਬਾਰੇ ਗੱਲ ਕਰਦਾ ਸੀ ਜਿਹੜੀ ਤੇਰੀ ਮਾਂ ਵੀ ਕਰ ਸਕਦੀ ਹੈ। ਨਾ ਨਾ ਬਾਪੂ ਜੀ, ਬੀਜੀ ਤੁਹਾਨੂੰ ਕੰਮ ਕਰਨ ਦੀ ਕੀ ਲੋੜ ਆ, ਮੇਰੇ ਹੁੰਦਿਆਂ ਤੁਸੀਂ ਕੰਮ ਕਰੋਗੇ? ਕਿਹੜੇ ਕੰਮ ਕਹਿੰਦਾ ਸੀ? ਪੁੱਤ ਉਹ ਬਣੇ ਬਣਾਏ, ਹਾਂ ਮੇਰਾ ਮਤਲਬ ਰੈਡੀਮੇਡ ਕਲੋਥ, ਉੱਥੇ ਤੀਵਿਆਂ ਲਈ ਬੜੇ ਸੌਖੇ ਕੰਮ ਹੁੰਦੇ ਨੇ, ਪਰ
ਅਸੀਂ ਇਹ ਫੈਸਲਾ ਨਹੀਂ ਕਰ ਪਾਏ ਇੱਥੇ ਰਹੀਏ ਜਾਂ ਵਾਪਸ ਚਲੇ ਜਾਈਏ। ਤੈਨੂੰ ਪਤਾ ਪੁੱਤ, ਫੈਸਲੇ ਲੈਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਹਾਂ ਬਾਪੂ ਜੀ, ਫੈਸਲੇ ਲੈਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਤੇ ਜਦੋਂ ਕੋਈ ਇਨਸਾਨ ਫੈਸਲਾ ਨਹੀਂ ਲੈ ਸਕਦਾ, ਸੰਤਾਪ ਦੀ ਹਾਲਤ ਚ ਗੁਜ਼ਰਦਾ ਹੈ। ਸੰਤਾਪ? ਕਿਹੜੇ ਸੰਤਾਪ ਦੀ ਗੱਲ ਕਰਦਾ ਪੁੱਤ? ਬੜਾ ਉਦਾਸ ਲੱਗਦਾ, ਕਿਤੇ ਨੂੰਹ ਰਾਣੀ ਨਾਲ ਤਾਂ ਨਹੀਂ ਕੋਈ ਤਕਰਾਰ ਹੋ ਗਿਆ? ਫਿਰ ਮੇਰੇ ਕੋਲੋਂ ਤਾਂ ਉਸ ਦਿਨ ਤੋਂ ਬਾਅਦ ਕੋਈ ਪਿਆਲੀ ਵੀ ਨਹੀਂ ਟੁੱਟੀ। ਨਹੀਂ ਬੀਜੀ, ਪਿਆਲੀ ਟੁੱਟਣ ਦੀ ਗੱਲ ਨਹੀਂ ਹੈ। ਦਰਅਸਲ ਬਾਪੂ ਜੀ, ਤੁਹਾਡੀ ਨੂੰਹ ਰਾਣੀ ਸਮਝਦੀ ਹੈ ਕਿ ਤੁਹਾਡੇ ਇੱਥੇ ਘੁੰਮਦੀ ਨਹੀਂ ਸਮਝਦੀ ਜਿੱਦਾਂ ਤੁਹਾਡੇ ਆਉਣ ਤੋਂ ਪਹਿਲਾਂ ਘੁੰਮਦੀ ਫਿਰਦੀ ਹੁੰਦੀ ਸੀ। ਪਰ ਮੈਂ ਵੀ ਸੋਚ ਲਿਆ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ, ਵੱਡੀ ਕਮੋਡੇਸ਼ਨ ਵਾਲਾ ਮੈਂ ਘਰ ਲੈ ਲੈਣਾ ਮੌਰ ਗਈ ਤੇ ਸਾਰਾ ਮਸਲਾ ਹੱਲ ਹੋ ਜਾਊ। ਤੈਨੂੰ ਮੌਰ ਕੇਸ ਤੇ ਵੱਡਾ ਘਰ ਲੈਣ ਦੀ ਕੋਈ ਲੋੜ ਨਹੀਂ ਪੁੱਤ। ਜਿਸ ਤਰ੍ਹਾਂ ਤੂੰ ਸੰਤਾਪ ਚੋਂ ਲੰਘ ਰਿਹਾ, ਅਸੀਂ ਵੇਖ ਸੰਤਾਪ ਭੋਗ ਰਹੇ ਤੇ ਫੈਸਲਾ ਨਹੀਂ ਕਰ ਪਾ ਰਹੇ ਇੱਥੇ ਰਹੀਏ ਜਾਂ ਵਾਪਸ ਚਲੇ ਜਾਈਏ। ਸਾਡੇ ਨਾਲ ਤਾਂ ਕਦੇ ਉੱਚਾ ਨੀ ਮਾਂ ਨਹੀਂ ਬੋਲੀ, ਪਰ ਇੱਕ ਗੱਲ ਸਾਫ ਹੈ, ਸਾਡੇ ਇੱਥੇ ਆਉਣ ਨਾਲ ਉਹਦੀ ਖੁਸ਼ੀ ਵਿੱਚ ਵਿਘਨ ਪਿਆ ਹੈ। ਨੂੰਹਾਂ ਤਾਂ ਹਮੇਸ਼ਾ ਚਾਹੁੰਦੀਆਂ ਉਹਨਾਂ ਦਾ ਆਪਣਾ ਆਜ਼ਾਦ ਘਰ ਹੋਵੇ ਜਿਹਦੇ ਵਿੱਚ ਸੱਸ ਸਹੁਰੇ ਦੀ ਕੋਈ ਦਖਲ ਅੰਦਾਜ਼ੀ ਨਾ ਹੋਵੇ। ਅੱਜ ਜਦੋਂ ਮੈਂ ਵਿਆਹ ਹੀ ਆਈ ਸੀ ਨਾ, ਸਾਡਾ ਘਰ ਵੀ ਸਾਂਝਾ ਸੀ ਪੁੱਤ, ਕਦੇ ਮੌਕਾ ਹੀ ਨਾ ਮਿਲੇ ਮੈਂ ਤੇ ਇੱਥੇ ਰਹਿ ਕੇ ਬੜਾ ਖੁਸ਼ ਨੀ। ਭਲਾ ਵੀ ਕੋਈ ਗੱਲ ਹੋਈ, ਬੰਦਾ ਸਾਰਾ ਦਿਨ ਘਰ ਵਿੱਚ ਡੱਕਿਆ ਰਹੇ, ਕੋਈ ਗੱਲ ਕਰਨ ਵਾਲਾ ਹੀ ਨਾ ਹੋਵੇ, ਨਾ ਕੋਈ ਭੂਆ ਹਰ ਕੋਰ, ਨਾ ਤਾਈ ਨਿਆਲੋ, ਨਾ ਚਾਚੀ ਬੰਸੋ, ਨਾ ਪੱਟੀ ਵਾਲੀ ਦਾਤੋ, ਤੇ ਨਾ ਚੰਤੋ ਨੈਣ ਹੋਵੇ। ਕੋਈ ਪਿੰਡ ਦੀ ਤੀਵੀ ਰਹਿ ਗਈ ਹੋਵੇ ਉਹਦਾ ਵੀ ਨਾਂ ਲੈ ਦੇ। ਆਹਾ, ਗੁਰੂ ਜਥੇਦਾਰੀ ਦਾ ਨਾਂ ਤਾਂ ਤੂੰ ਭੁੱਲੇ ਗਈ ਨੇਕ ਦੀ ਮਾਂ, ਉਹ ਤਾਂ ਤੇਰੀ ਪੱਕੀ ਸਹੇਲੀ ਸੀ, ਬੈਸਟ ਫਰੈਂਡ। ਮੈਂ ਲੈ ਖਾਂ ਭੁੱਲ ਕਿਉਂ ਗਈ, ਜਥੇਦਾਰ ਸ਼ੰਗਾਰਾ ਸਿੰਘ ਜਦੋਂ ਮੋਰਚੇ ਤੇ ਜਾਂਦਾ ਸੀ ਤੇ ਤਾਈ ਕੋਲੋਂ ਨਾਲ ਜਾਂਦੀ ਸੀ, ਮੋਢੇ ਨਾਲ ਮੋਢਾ ਜੋੜ ਕੇ ਖੜਾਉਂਦੀ ਸੀ ਤੇ ਪੁਲਿਸ ਦੀਆਂ ਖੱਟ ਲਾਠੀਆਂ ਖਾ ਕੇ ਵਸੀ ਨਹੀਂ ਸੀ ਕਰਦੀ। ਹਾਂ ਪੁੱਤ, ਤੂੰ ਬਹੁਤਾ ਫਿਕਰ ਵਿੱਚ ਨਾ ਪੈ, ਨੂੰਹ ਰਾਣੀ ਦਾ ਫੈਸਲਾ ਸਾਡਾ ਵੀ ਫੈਸਲਾ ਹੈ, ਤੇਰਾ ਦਾਣਾ ਪਾਣੀ ਇੱਥੇ ਤੇ ਸਾਡਾ ਦਾਣਾ ਪਾਣੀ ਉੱਥੇ। ਤੇ ਪੁੱਤ ਦਾਣਾ ਲੇਖ ਦੀ ਮਾਂ, ਆਹ ਦਾਣਾ ਪਾਣੀ ਦੀ ਵਿਆਖਿਆ ਨਾ ਸੁਣਾ ਹੁਣ। ਪੁੱਤ, ਤੇਰੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ, ਆਪਣੇ ਰਜੇਵੇਂ ਨੇ ਤੁਹਾਡੇ, ਤੇ ਨਾਲੇ ਆ ਨੂੰਹ ਰਾਣੀ ਵੱਲ ਤੇਰਾ ਪਹਿਲਾ ਫਰਜ਼ ਆ ਪੁੱਤ। ਪਰ ਬਾਪੂ ਜੀ, ਤੁਹਾਡੇ ਵੱਲ ਵੀ ਤਾਂ ਮੇਰੇ ਫਰਜ਼ ਨੇ, ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਹੋਵੇ। ਸਾਨੂੰ ਕੋਈ ਪਰੇਸ਼ਾਨੀ ਨਹੀਂ ਪੁੱਤ, ਕੋਈ ਪਰੇਸ਼ਾਨੀ ਨਹੀਂ। ਤਾਂ ਤੁਸੀਂ ਸਾਨੂੰ ਇੱਥੇ ਆਉਣ ਲਈ ਟਿਕਟਾਂ ਭੇਜੀਆਂ, ਅਸੀਂ ਵੀਜ਼ਾ ਅਫਸਰ ਕੋਲ ਗਏ ਤੇ ਉਹ ਪੁੱਛਦਾ ਬਜ਼ੁਰਗੋ ਕਿੰਨੀ ਦੇਰ ਲਈ ਜਾਓਗੇ, ਕੱਚੇ ਜਾਣਾ ਜਾਂ ਪੱਕੇ ਜਾਣਾ, ਤੇ ਮੈਂ ਕਿਹਾ ਪੁੱਤਰ ਨੂੰ ਮਿਲਣ ਚੱਲੇ ਹਾਂ, ਤੁਹਾਡਾ ਮੁਲਕ ਵੇਖਣਾ ਚਾਹੁੰਦੇ ਹਾਂ। ਅਤੇ ਗੱਲ ਇਹ ਹੈ ਪੁੱਤ, ਆ ਥੋੜ੍ਹੇ ਜਿਹੇ ਸਮੇਂ 'ਚ ਇਸ ਮੁਲਕ ਦਾ ਬਹੁਤ ਕੁਛ ਵੇਖ ਲਿਆ, ਚੰਗਾ ਵੀ ਅਤੇ ਮਾੜਾ ਵੀ। ਅਤੇ ਅਸਲ ਗੱਲ ਇਹ ਹੈ ਪੁੱਤ, ਆਪਣਾ ਵਤਨ ਆਪਣਾ ਹੀ ਹੁੰਦਾ। ਬਾਪੂ ਜੀ, ਇਹ ਸਾਰਾ ਕੁਛ ਤੁਸੀਂ ਦਿਲੋਂ ਕਹਿ ਰਹੇ ਹੋ ਨਾ, ਕਿਸੇ ਮਜਬੂਰੀ ਨਾਲ ਤਾਂ ਨਹੀਂ ਕਹਿ ਰਹੇ? ਕੋਈ ਮਜਬੂਰੀ ਨਹੀਂ ਪੁੱਤ, ਦਿਲੋਂ ਕਹਿ ਰਹੇ। ਇਹ ਕਹਿ ਕੇ ਤੁਸੀਂ ਮੇਰੇ ਮਨ ਤੋਂ ਬਹੁਤ ਵੱਡਾ ਬੋਝ ਲਾ ਦਿੱਤਾ, ਸ਼ੁਕਰੀਆ। ਚਲੋ ਛੱਡੋ ਛੱਡੋ, ਬਹੁਤ ਗੱਲਾਂ ਹੋ ਗਈਆਂ, ਹੁਣ ਇਹ ਦੱਸੋ ਕਿ ਨੂੰਹ ਰਾਣੀ ਕਿੱਥੇ ਹੈ? ਪੁੱਤ ਤੂੰ ਉਹਨੂੰ ਅੱਜ ਕਹਿ ਦੇ ਆ ਕਿਚਨ ਮੇਰੇ ਹਵਾਲੇ ਕਰ ਦੇ, ਮੈਂ ਆਲੂਆਂ ਵਾਲੇ ਪਰੌਠੇ ਬਣਾਉਂਗੀ, ਉਹ ਉਹਨੂੰ ਬੜੇ ਸਵਾਦ ਲੱਗਦੇ ਆ। ਇੱਕ ਦਿਨ ਕਹਿੰਦੇ ਸੀ ਮੇਰੇ ਬਣੇ ਪਰੌਠੇ ਆਲੂ ਦੇ ਵਰਗੇ ਨੇ, ਕਦੇ ਨਹੀਂ ਖਾਧੇ। ਪਰੌਂਠਿਆਂ ਦੀ ਗੱਲ ਜ਼ਰੂਰ ਹੁੰਦੀ ਆ। ਹਾਂ ਪੁੱਤ, ਦੋ ਤਾਂ ਗੱਲਾਂ ਕਰਦੇ ਨੇ, ਇੱਕ ਆਲੂਆਂ ਦੇ ਪਰੌਂਠੇ ਦੀ
ਤੇ ਦੂਸਰੀ ਸੂਰਮ ਗਤੀ ਦੀ। ਜਿਵੇਂ ਸੂਰਮ ਗਤੀ ਆਉਂਦੀ ਆਲੂ ਦੇ ਪਰੌਂਠੇ ਖਾ ਕੇ। ਬੀਜੀ ਤੁਸੀਂ ਬਣਾਓ ਪਰੌਂਠੇ, ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਪਾ ਲਿਓ। ਮੈਂ ਨਾਲ ਦੀ ਸਟਰੀਟ ਚੋਂ ਨਾ ਇੰਸ਼ੋਰੈਂਸ ਦੇ ਕਾਗਜ਼ ਚੱਕ ਲਿਆਵਾਂ, ਫਿਰ ਆ ਕੇ ਛਕਦੇ ਆ ਪਰੌਂਠੇ। ਜਨਮ ਪੋਹਿੰਦੀ ਨਿੱਕੀ ਬੁੱਕੜ, ਕਦੇ ਨਾ ਚਾਹੇ ਜਾਈਏ ਨਿਕਲ, ਬਰਫੀਲੇ ਚਖੜਾ ਵਿੱਚ ਪੱਛੀ ਹੋਈਏ, ਛੱਡ ਘਰ ਦਾ ਨਿੱਕ ਨਿਵਾਸ। ਇੱਕ ਐਸਾ ਸੰਤਾਪ ਦੇ ਲੋਕਾਂ, ਇੱਕ ਐਸਾ ਸੰਤਾਪ। ਵੇਖ ਲਓ ਬਾਪੂ ਜੀ, ਬੀਜੀ ਨੇ ਮੈਨੂੰ ਰਸੋਈ ਤੋਂ ਬਾਹਰ ਕੱਢਤਾ। ਚਲੋ ਚੰਗਾ ਹੀ ਕੀਤਾ, ਮੈਨੂੰ ਵੀ ਤੁਹਾਡੇ ਨਾਲ ਬਹਿ ਕੇ ਕੁਝ ਗੱਲਾਂ ਕਰਨ ਦਾ ਮੌਕਾ ਮਿਲ ਗਿਆ। ਕੀ ਗੱਲ ਕਰਨੀ ਹੈ ਪੁੱਤ? ਮੈਨੂੰ ਪਤਾ ਹੈ ਤੇਰੇ ਤੇ ਹਰਨੇਕ ਦਰਮਿਆਨ ਤਣਾਅ ਸਾਡੀ ਵਜ੍ਹਾ ਕਰਕੇ ਹੈ। ਨਹੀਂ ਨਹੀਂ ਬਾਪੂ ਜੀ, ਇਹੋ ਜੀ ਕੋਈ ਗੱਲ ਨਹੀਂ। ਫਿਰ ਹੋਰ ਕੀ ਗੱਲ ਹੈ ਧੀਏ? ਬਸ ਕੁਝ ਐਟੀਟਿਊਡ ਦਾ ਫਰਕ ਹੈ ਬਾਪੂ ਜੀ। ਜਦੋਂ ਵੀ ਮੈਂ ਹਰਨੇਕ ਨਾਲ ਕੋਈ ਸਲਾਹ ਕਰਨ ਜਾਵਾਂ ਤਾਂ ਇਹਦਾ ਮਤਲਬ ਇਹ ਕੱਢ ਲੈਂਦੇ ਨੇ ਕਿ ਮੈਂ ਤੁਹਾਡੇ ਬਾਰੇ ਕੋਈ ਗੱਲ ਕਰਨ ਜਾ ਰਹੀ ਹਾਂ ਜਾਂ ਫਿਰ ਆਪਣੇ ਡਿਸਲਾਈਕਸ ਦਾ ਪ੍ਰਗਟਾਵਾ ਕਰ ਰਹੀ ਹਾਂ। ਇਹ ਤੇਰੇ ਦਿਮਾਗ 'ਚ ਕੀ ਆਇਆ ਕਿ ਉਹ ਇੰਜ ਸੋਚਦਾ? ਬਾਪੂ ਜੀ ਇਹ ਮੇਰਾ ਰੋਜ਼ ਦਾ ਤਜਰਬਾ ਹੈ ਤੇ ਇਹਦੇ ਪਿੱਛੇ ਹਰਨੇਕ ਦੀ ਉਹੀ ਸੋਚ ਕੰਮ ਕਰ ਰਹੀ ਹੈ ਕਿ ਮੈਂ ਇੱਕ ਨੂੰਹ ਦਾ ਦਰਜਾ ਰੱਖਦੀ ਹਾਂ ਤੇ ਨੂੰਹਾਂ ਕਦੇ ਵੀ ਸੱਸਾਂ ਸਹੁਰਿਆਂ ਬਾਰੇ ਕੋਈ ਫਰੈਂਕ ਸਲਾਹ ਨਹੀਂ ਦੇ ਸਕਦੀਆਂ। ਇਹ ਗੱਲ ਤਾਂ ਸੱਚ ਹੈ ਪੁੱਤ, ਇਹ ਗੱਲ ਸਾਡੇ ਸੱਭਿਆਚਾਰ ਦਾ ਹਿੱਸਾ ਬਣ ਕੇ ਰਹਿ ਗਈ। ਪਰ ਇਹ ਗੱਲ ਗਲਤ ਹੈ ਬਾਪੂ ਜੀ, ਨਾਲੇ ਖਾਮਖਾ ਟੈਨਸ਼ਨ ਪਾਉਂਦੀ ਹੈ। ਹੁਣ ਉਸ ਦਿਨ ਦੀ ਗੱਲ ਲੈ ਲਓ, ਤੁਹਾਡੀ ਸੋਟੀ ਕੁਰਸੀ ਨਾਲ ਲਟਕੀ ਹੋਈ ਸੀ। ਮੈਂ ਆਖ ਦਿੱਤਾ ਕਿ ਬਾਪੂ ਜੀ ਨੂੰ ਸੋਟੀ ਨੂੰ ਥਾਂ ਟਿਕਾਣੇ ਰੱਖਣਾ ਚਾਹੀਦਾ। ਕਹਿਣ ਦੀ ਦੇਰ ਸੀ, ਨਾਲ ਲੱਗਦਾ ਰਿਮਾਰਕਸ ਕਰਤਾ ਹਰਨੇਕ ਨੇ ਜਿਵੇਂ ਮੈਨੂੰ ਨਾ ਕੁਛ ਦਿਖਦਾ ਹੋਵੇ, ਮੈਂ ਨਹੀਂ ਹੋਵਾਂ। ਕੀ ਉਹਨੇ ਇਸ ਤਰ੍ਹਾਂ ਕਿਹਾ ਸੀ? ਬਿਲਕੁਲ ਇਸੇ ਤਰ੍ਹਾਂ ਕਿਹਾ ਬਾਪੂ ਜੀ, ਨਾਲੇ ਕਿਹਾ ਵੀ ਸਰਕਾਸਟਿਕ ਤਰੀਕੇ ਨਾਲ ਸੀ। ਠੀਕ ਨਹੀਂ ਕਿਹਾ। ਹੁਣ ਬਾਪੂ ਜੀ ਆਪਾਂ ਇੰਨੇ ਮੈਂਬਰ ਘਰ 'ਚ ਰਹਿ ਰਹੇ ਹਾਂ, ਗਲਤੀਆਂ ਮੇਰੇ ਕੋਲੋਂ ਵੀ ਹੋ ਸਕਦੀਆਂ ਨੇ, ਹਰਨੇਕ ਹੋਰਾਂ ਕੋਲੋਂ ਵੀ ਹੋ ਸਕਦੀਆਂ ਨੇ, ਬਾਪੂ ਜੀ ਤੁਹਾਡੇ ਕੋਲੋਂ ਵੀ ਹੋ ਸਕਦੀਆਂ ਨੇ ਤੇ ਬੀਜੀ ਕੋਲੋਂ ਵੀ ਹੋ ਸਕਦੀਆਂ ਨੇ। ਕਿਉਂ ਨਹੀਂ ਹੋ ਸਕਦੀਆਂ ਪੁੱਤ? ਬਜ਼ੁਰਗਾਂ ਤੋਂ ਸਗੋਂ ਦੀ ਜ਼ਿਆਦਾ ਗਲਤੀਆਂ ਹੁੰਦੀਆਂ, ਇਹਨਾਂ ਹਾਲਾਤਾਂ 'ਚ ਉਹ ਢਲੇ ਜੋ ਨਹੀਂ ਹੁੰਦੇ। ਪਰ ਬਾਪੂ ਜੀ ਜੇ ਕੋਈ ਗਲਤੀ ਪੁਆਇੰਟ ਆਊਟ ਕਰ ਦੇਵੇ ਤਾਂ ਇਹਦਾ ਮਤਲਬ ਇਹ ਨਹੀਂ ਬਣ ਜਾਂਦਾ ਕੋਈ ਅੱਗੋਂ ਆ ਕੇ ਕਹਿ ਦੇਵੇ ਗਲਤੀ ਕਰਨ ਵਾਲਾ ਤਾਂ ਦੁੱਧ ਧੋਤਾ ਤੇ ਜਿਹਨੇ ਗਲਤੀ ਪੁਆਇੰਟ ਆਊਟ ਕੀਤੀ ਹੈ ਉਹਨੂੰ ਦਿੰਦਾ ਕੁਛ ਨਹੀਂ, ਉਹ ਅੱਖੋਂ ਅੰਨਾ। ਮੈਨੂੰ ਪਤਾ ਜੇ ਇਹੀ ਗੱਲ ਮੈਂ ਤੁਹਾਨੂੰ ਕਹਿ ਦਿੰਦੀ ਤਾਂ ਤੁਸੀਂ ਰਿਅਲਾਈਜ਼ ਕਰ ਲੈਣੀ ਸੀ ਕਿ ਛੋਟੇ ਕਮਰਿਆਂ 'ਚ ਚੀਜ਼ਾਂ ਨੂੰ ਥਾਂ ਟਿਕਾਣੇ ਰੱਖਣਾ ਚਾਹੀਦਾ। ਇਸ ਵਿੱਚ ਕੋਈ ਸ਼ੱਕ ਨਹੀਂ ਧੀਏ, ਹਰ ਸ਼ਹਿ ਟਿਕਾਣੇ ਰੱਖਣੀ ਚਾਹੀਦੀ ਹੈ। ਪਰ ਹਰਨੇਕ ਹੋਰਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਬਾਪੂ ਜੀ, ਉਹਨਾਂ ਦੀ ਥਿੰਕਿੰਗ 'ਚ ਇਹ ਗੱਲ ਸਮੋ ਚੁੱਕੀ ਹੈ ਕਿ ਮੈਂ ਇੱਕ ਨੂੰਹ ਹਾਂ ਅਤੇ ਨੂੰਹਾਂ ਲਈ ਸੱਸਾਂ ਸਹੁਰਿਆਂ ਬਾਰੇ ਆਪਣੇ ਲਾਸ ਬਾਰੇ ਕੋਈ ਵੀ ਗੱਲ ਕਰਨਾ ਗੁਸਤਾਖੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਨਾ ਨਾ ਪੁੱਤ, ਮੈਂ ਤਾਂ ਕਦੇ ਇੱਦਾਂ ਸੋਚਿਆ ਵੀ ਨਹੀਂ। ਬਾਪੂ ਜੀ ਤੁਸੀਂ ਇੱਥੇ ਆਏ ਹੋ, ਯੂ ਆਰ ਮੋਸਟ ਵੈਲਕਮ, ਬਟ ਜੇ ਮੇਰੇ ਤੋਂ ਹੀ ਉਮੀਦ ਕੀਤੀ ਜਾਵੇ ਕਿ ਤੁਹਾਡੇ ਆਉਣ ਦੀ ਖੁਸ਼ੀ 'ਚ ਮੈਂ ਟੱਪਦੀ ਫਿਰਾਂ ਤਾਂ ਹਿਪੋਕ੍ਰੇਸੀ ਹੋਏਗੀ। ਇਹ ਫੈਕਟ ਹੈ ਕਿ ਤੁਹਾਡੇ ਆਉਣ ਨਾਲ ਸਾਨੂੰ ਤੰਗੀ ਹੋਈ ਹੈ, ਪਰ ਅਸੀਂ ਐਡਜਸਟ ਕਰਾਂਗੇ, ਇਟਸ ਅ ਪਾਰਟ ਆਫ ਲਾਈਫ। ਜੇ ਗੱਲ ਅਸੀਂ ਸਾਰੇ ਸਮਝ ਲਈਏ ਤਾਂ ਅੱਧੇ ਕਲੇਸ਼ ਉਸੇ ਵੇਲੇ ਮੁੱਕ ਜਾਣ ਪੁੱਤ। ਬਾਪੂ ਜੀ ਤੁਸੀਂ ਇੱਥੇ ਆਏ ਹੋ, ਹਰ ਤੁਹਾਨੂੰ ਖੁਸ਼ੀ ਹੋਈ ਹੈ, ਹਰਨੇਕ ਨੂੰ ਖੁਸ਼ੀ ਹੋਈ ਹੈ, ਤੁਹਾਡੇ ਨਾਲ ਉਹਨਾਂ ਦੀਆਂ ਕਿੰਨੀਆਂ ਯਾਦਾਂ ਸਾਂਝੀਆਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ। ਹਰਨੇਕ ਦੀਆਂ ਯਾਦਾਂ ਸਤਾਉਂਦੀਆਂ ਵੀ ਬੜੀਆਂ ਸੀ ਧੀਏ। ਹਰਨੇਕ ਦੀ ਮਾਂ ਨੂੰ ਤਾਂ ਹਰ ਮਿਸਾਲ ਨੇਕ ਦੇ ਨਾਂ ਨਾਲ ਦੇਣੀ ਪੈਂਦੀ ਸੀ ਦੀਪ। ਬੇਸ਼ੱਕ ਬਾਪੂ ਜੀ, ਹਰਨੇਕ ਹੋਰਾਂ ਨੇ ਤੁਹਾਡੇ ਤੋਂ ਬੜਾ ਪਿਆਰ ਲਿੱਤਾ ਤੇ ਪਿਆਰ ਦਿੱਤਾ ਵੀ ਹੈ, ਪਰ ਜੇ ਇਹ ਉਮੀਦ ਮੇਰੇ ਤੋਂ ਕੀਤੀ ਜਾਵੇ ਤਾਂ ਇਹ ਗਲਤ ਹੈ। ਕੀ ਹਰਨੇਕ ਇਹ ਗੱਲ ਰਿਲਾਈਜ਼ ਨਹੀਂ ਕਰਦਾ? ਬਹੁਤੀ ਵਾਰੀ ਨਹੀਂ ਕਰਦੇ ਬਾਪੂ ਜੀ, ਇਸੇ ਗੱਲ ਦੀ ਮੇਰੇ ਤੇ ਹਰਨੇਕ 'ਚ ਟੈਨਸ਼ਨ ਰਹਿੰਦੀ ਹੈ ਕਿ ਮੈਂ ਉਹਨਾਂ ਦੀਆਂ ਐਕਸਪੈਕਟੇਸ਼ਨਸ 'ਤੇ ਖਰੀ ਨਹੀਂ ਉਤਰਦੀ, ਪਰ ਉਹ ਇਹ ਨਹੀਂ ਸਮਝਦੇ ਕਿ ਉਹਨਾਂ ਦੀ ਐਕਸਪੈਕਟੇਸ਼ਨ ਹੀ ਗਲਤ ਹੈ। ਦਰਅਸਲ ਬਾਪੂ ਜੀ ਇਹ ਮੇਲ ਸ਼ਾਵਨਿਜ਼ਮ ਦਾ ਰਿਜ਼ਲਟ ਹੈ, ਜਦੋਂ ਹਸਬੈਂਡ ਆਪਣੇ ਵਾਈਫ ਤੋਂ ਇਹ ਉਮੀਦ ਕਰਦੇ ਨੇ ਕਿ ਉਹਨਾਂ ਦੀਆਂ ਵਾਈਫ ਵੀ ਉਹਨਾਂ ਦੇ ਪੇਰੈਂਟਸ ਨੂੰ ਉਨਾ ਹੀ ਪਿਆਰ ਦੇਣ ਜਿੰਨਾ ਉਹ ਦਿੰਦੇ ਨੇ, ਪਰ ਇਹ ਨਾਮੁਮਕਿਨ ਜਿਹਾ ਹੈ। ਬਾਪੂ ਜੀ ਤੁਸੀਂ ਮੇਰੀ ਗੱਲਾਂ ਤੋਂ ਬੋਰ ਤਾਂ ਨਹੀਂ ਹੋ ਰਹੇ? ਨਾ ਨਾ ਪੁੱਤ, ਖੁਸ਼ੀ ਹੋਈ ਹੈ ਕਿ ਤੂੰ ਫਰੈਂਕ ਹੋ ਕੇ ਤਾਂ ਗੱਲ ਕੀਤੀ ਹੈ ਮੇਰੇ ਨਾਲ। ਬਾਪੂ ਜੀ ਮੈਂ ਕਹਿ ਰਹੀ ਸੀ ਮੈਂ ਤੁਹਾਡਾ ਬੜਾ ਹੀ ਸਤਿਕਾਰ ਕਰਦੀ ਹਾਂ, ਪਰ ਆਮ ਵੈਰੀ ਫਰੈਂਕ ਇਨਫ ਟੂ ਸੇ ਕਿ ਜਿਸ ਤਰ੍ਹਾਂ ਮੈਂ ਆਪਣੇ ਮੰਮੀ ਪਾਪਾ ਉਹਨਾਂ ਨੂੰ ਪਿਆਰ ਕਰਦੀ ਹਾਂ ਉਸ ਤਰ੍ਹਾਂ ਮੈਂ ਤੁਹਾਨੂੰ ਨਹੀਂ ਕਰ ਸਕਦੀ। ਉਸੇ ਤਰ੍ਹਾਂ ਜੇ ਤੁਸੀਂ ਐਕਸਪੈਕਟ ਕਰੋ ਕਿ ਮੈਨੂੰ ਤੁਸੀਂ ਵੀ ਉਨਾ ਹੀ ਪਿਆਰ ਦਿਓ ਤਾਂ ਇਹ ਗਲਤ ਹੋਏਗਾ।
ਜੇ ਸਾਡੇ ਦੁਆਲੇ ਚ ਮੈਂ 20-22 ਸਾਲ ਗੁਜ਼ਾਰੇ ਨੇ ਬਾਪੂ ਜੀ, ਉਹਨਾਂ ਨਾਲ ਮੈਂ ਇਸ ਤਰ੍ਹਾਂ ਲਿੰਕ ਨਹੀਂ ਤੋੜ ਸਕਦੀ। ਇਹ ਸਭ ਪਤਾ ਹੈ ਸਾਨੂੰ ਧੀਏ। ਹਰਨੇਕ ਨੂੰ ਵੀ ਸਭ ਪਤਾ ਹੈ ਬਾਪੂ ਜੀ, ਪਰ ਕਈ ਵਾਰ ਉਹਨਾਂ ਚ ਇਹ ਸੋਚ ਜਾਗ ਪੈਂਦੀ ਹੈ ਕਿ ਉਹ ਇੱਕ ਮਰਦ ਨੇ, ਬਸ ਉਸ ਵੇਲੇ ਉਹ ਬੜਾ ਹੀ ਅਬਨੋਰਮਲੀ ਬਿਹੇਵ ਕਰਦੇ ਨੇ। ਬਸ ਬਾਪੂ ਜੀ ਗੱਲ ਇੰਨੀ ਸੀ। ਕੀ ਗੱਲ ਇੰਨੀ ਹੈ ਜਨਾਬ, ਬੜੀਆਂ ਸਲਾਮਾਂ ਹੋ ਰਹੀਆਂ ਆ। ਗੱਲ ਇੰਨੀ ਇਹ ਹੈ ਕਿ ਬੀਜੀ ਬਣਾ ਰਹੇ ਨੇ ਆਲੂਆਂ ਦੇ ਪਰੌਂਠੇ ਤੇ ਮੈਨੂੰ ਰਸੋਈ ਤੋਂ ਬਾਹਰ ਕੱਢਤਾ। ਅੱਛਾ, ਤੇ ਤੂੰ ਬਾਪੂ ਜੀ ਕੋਲ ਇਸ ਗੱਲ ਦੀ ਸ਼ਿਕਾਇਤ ਕਰਦੀ ਹੋਣੀ ਹੈ। ਨਹੀਂ ਨਹੀਂ ਬਾਬਾ, ਕੋਈ ਸ਼ਿਕਾਇਤ ਨਹੀਂ ਸੀ ਕਰ ਰਹੀ, ਮੈਨੂੰ ਤਾਂ ਸਗੋਂ ਮੌਕਾ ਮਿਲ ਗਿਆ ਬਾਪੂ ਜੀ ਨਾਲ ਬਹਿ ਕੇ ਕੁਝ ਗੱਲਾਂ ਕਰਨ ਦਾ। ਨਾਲੇ ਮੈਂ ਉਹਨਾਂ ਨੂੰ ਦੱਸਦਾ ਕਿ ਉਹਨਾਂ ਦਾ ਹਰਨੇਕ ਕੋਈ ਬੜਾ ਬੁਰਾ ਬੰਦਾ ਨਹੀਂ। ਅੱਛਾ, ਭਾਵੇਂ ਬੜਾ ਸਿਆਣਾ ਵੀ ਨਹੀਂ। ਚੰਗਾ ਸ਼੍ਰੀਮਾਨ, ਆ ਜਾਓ, ਤੁਹਾਡੇ ਬੀਜੀ ਦੇ ਬਣਾਏ ਪਰੌਂਠੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਉਵੇਂ ਬਹਿ ਕੇ ਖਾਓ ਜਿਵੇਂ ਇੰਡੀਆ ਖਾਂਦੇ ਸੀ। ਚੱਲ ਰਸੋਈ 'ਚ ਬਹਿ ਕੇ ਖਾ ਲੈਂਦੇ ਹਾਂ। ਮੇਰਾ ਬੇਬੇ ਦੇ ਪੱਕੇ ਹੋਏ ਹੱਥਾਂ ਦੇ ਪਰੌਂਠੇ ਖਾਣ ਨੂੰ ਬੜਾ ਹੀ ਦਿਲ ਕਰਦਾ। ਕੌਣ ਹੈ ਬਈ, ਕੌਣ ਹੈ? ਓਏ ਆਪਾਂ ਹੀ ਆ ਮਾਸਟਰ ਜੀ। ਓ ਬੱਲੇ, ਸੋਹਣ ਸਿਆ ਲੰਘਿਆ ਓ। ਸਤਿ ਸ੍ਰੀ ਅਕਾਲ ਮਾਸਟਰ ਜੀ। ਸਤਿ ਸ੍ਰੀ ਅਕਾਲ ਸੋਹਣ ਸਿਆ, ਕੀ ਹਾਲ ਹੈ ਬਈ? ਓ ਗੋਡਾ ਮਾਸਟਰ ਜੀ, ਕਾਟੋ ਫੁੱਲਾਂ ਤੇ ਖੇਡਦੀ ਹੈ। ਬਹੁਤ ਵਧੀਆ, ਬੈਠੋ। ਹੋਰ ਸੋਹਣ ਸਿਆ, ਰਸਤਾ ਤਾਂ ਠੀਕ ਠਾਕ ਲੱਭ ਗਿਆ ਸੀ? ਓਏ ਮਾਸਟਰ ਜੀ, ਇੱਥੇ ਰਸਤੇ ਲੱਭਣੇ ਕੀ ਔਖੇ ਆ। GPS 'ਚ ਤੁਹਾਡੇ ਘਰ ਦਾ ਐਡਰੈਸ ਪਾਇਆ ਤੇ ਘਰ ਦੇ ਸਾਹਮਣੇ ਆ ਖੜੇ ਹੋਏ। ਬਈ ਇਹ ਤਾਂ ਇਹਨਾਂ ਮੁਲਕਾਂ ਦੀ ਵਿਲੱਖਣਤਾ ਹੈ ਸੋਹਣ ਸਿਆ। ਹਾਂ ਬੈਠੋ, ਮੈਂ ਤੁਹਾਡੇ ਲਈ ਜਲ ਲੈ ਕੇ ਆਇਆ। ਉਹ ਮਾਸਟਰ ਜੀ, ਬਾਕੀ ਪਰਿਵਾਰ ਨਹੀਂ ਦਿੰਦਾ ਘਰੇ? ਸਭ ਆਪਣੇ ਆਪਣੇ ਕੰਮਾਂ ਤੇ ਗਏ ਆ ਸੋਹਣ ਸਿਆ। ਤੇ ਚੌਕੀਦਾਰੀ ਵਾਸਤੇ ਮਾਸਟਰ ਜੀ ਬੈਠੇ ਆ? ਭਾਈ ਮਾਸਟਰ ਇਸੇ ਕੰਮ ਲਈ ਰਹਿ ਜਾਂਦੇ ਨੇ ਬਾਅਦ ਦੇ ਵਿੱਚ। ਆ ਲਓ ਜਲ ਛੱਡੋ। ਧੰਨਵਾਦ ਮਾਸਟਰ ਜੀ। ਮਾਸਟਰ ਜੀ, ਮੈਂ ਸੁਣਿਆ ਤੁਸੀਂ ਪਿੰਡ ਵਾਪਸ ਜਾਣ ਦੀ ਸੋਚ ਰਹੇ ਹੋ। ਠੀਕ ਸੁਣਿਆ ਸੋਚ ਰਿਹਾ। ਓਏ ਮਾਸਟਰ ਜੀ, ਇੱਕ ਵਾਰੀ ਕੈਨੇਡਾ ਆ ਗਏ ਨਾ, ਵਾਪਸ ਜਾਣ ਦੀ ਗਲਤੀ ਨਹੀਂ ਕਰਨੀ। ਗਲਤੀ ਤੇ ਹੋਰ ਕੀ। ਓਏ ਲੋਕ ਤਾਂ ਕੈਨੇਡਾ ਆਉਣ ਲਈ 100-100 ਉਪਰਾਲੇ ਕਰਦੇ ਆ, ਏਜੰਟਾਂ ਨੂੰ 20-20 25-25 ਲੱਖ ਰੁਪਈਆ ਦੇਈ ਫਿਰਦੇ ਆ। ਇੱਕ ਤੁਸੀਂ ਹੋ, ਆਏ ਪਿੱਛੋਂ ਜਾਣ ਦੀ ਪਹਿਲਾਂ ਸੋਚੀ ਬੈਠੇ ਹੋ। ਗੱਲ ਇਹ ਹੈ ਸੋਹਣ ਸਿਆ, ਸਾਡਾ ਇੱਥੇ ਦਿਲ ਨਹੀਂ ਲੱਗਿਆ, ਤੇ ਅਸਲ ਗੱਲ ਇਹ ਹੈ ਸਾਡੇ ਰਹਿਣ ਨਾਲ ਸਾਡੀ ਨੂੰਹ ਰਾਣੀ ਦੀ ਖੁਸ਼ੀ ਵਿੱਚ ਵਿਘਣ ਪੈਂਦਾ। ਵਾਹ ਮਾਸਟਰ ਜੀ ਵਾਹ, ਤੁਹਾਡੀ ਨੂੰਹ ਰਾਣੀ ਦੀ ਖੁਸ਼ੀ 'ਚ ਵਿਘਣ ਪੈਂਦਾ। ਓਏ ਮਾਸਟਰ ਜੀ, ਇਹ ਨੂੰਹਾਂ ਖੁਸ਼ੀ ਕਦੋਂ ਹੁੰਦੀਆਂ ਨੇ? ਆਹ ਮੇਰੀ ਨੂੰਹ ਕਦੇ ਖੁਸ਼ ਸੀ? ਮੇਰੇ ਸਵੇਰੇ ਉੱਠਦੀ ਬਹਿੰਦੀ, ਹਰ ਵਕਤ ਗੱਲ ਗੱਲ 'ਤੇ ਮੇਰੇ ਮੁੰਡੇ ਦੇ ਕੰਨ ਭਰਦੀ ਰਹਿੰਦੀ, ਓਖੇ ਕਿੱਥੋਂ ਆ ਗਿਆ ਬੁੱਢਾ ਖੁਸੜ ਕੈਨੇਡਾ 'ਚ। ਮੈਂ ਹਰ ਗੱਲ ਉਹਦੀ ਬਰਦਾਸ਼ਤ ਕਰਦਾ ਰਹਿੰਦਾ, ਪਰ ਜਦੋਂ ਉਹ ਮੈਨੂੰ ਬੁੱਢਾ ਖੁਸੜ ਕਹਿੰਦੀ ਨਾ, ਮੇਰੇ ਸੀਨੇ ਤੋਂ ਉਹਦੀ ਸੱਪ ਲੰਘ ਜਾਂਦਾ। ਦਿਲ ਕਰਦਾ ਕਿ ਉਹਨੂੰ ਸਮਝਾਵਾਂ ਮੈਂ ਬੁੱਢਾ ਨਹੀਂ। ਖੈਰ ਮਾਸਟਰ ਜੀ, ਉਹ ਆ ਕੈਨੇਡਾ 'ਚ ਨਾ ਸਭ ਕੁਝ ਚੱਲਦਾ, ਪਰ ਇੱਥੇ ਮਾਸਟਰ ਜੀ ਚੋਰੀ ਜਾਰੀ ਦਾ ਰਿਵਾਜ ਨਹੀਂ, ਨਹੀਂ ਤਾਂ ਦੱਸ ਦਿੰਦਾ ਕਿ ਮੈਂ ਬੁੱਢਾ ਨਹੀਂ, 9x9 ਕਾਇਮ ਆ ਪੂਰਾ। ਲੱਗਦਾ ਸੋਹਣ ਸਿਆ ਤੇਰੇ ਹਲੇ ਸ਼ੌਕ ਨਹੀਂ ਮੁੱਕੇ। ਕਿਹੜੇ ਸ਼ੌਕ ਮਾਸਟਰ ਜੀ? ਆਹ ਛੇੜਖਾਨੀਆਂ ਕਰਕੇ ਜੁੱਤੀਆਂ ਖਾਣ ਦੇ। ਮਾਸਟਰ ਜੀ ਤੁਸੀਂ ਵੀ ਨਾ ਬਸ। ਓਏ ਨਾਲੇ ਮਾਸਟਰ ਜੀ, ਕੈਨੇਡਾ ਆ ਕੇ ਜੇ ਕੁਝ ਗਵਾਇਆ ਤਾਂ ਇਹੋ ਗਵਾਇਆ ਕਿ ਇੱਥੇ ਕੋਈ ਕਿਸੇ ਨੂੰ ਪਿਆਰ ਨਾਲ ਵੀ ਗਾਲ ਨਹੀਂ ਕੱਢਦਾ, ਤੇ ਨਾ ਹੀ ਕੋਈ ਚਿੰਤੀ ਝੋਰੀ ਵਾਂਗ ਪਿੱਠ ਤੇ ਹੱਥ ਮਾਰ ਕੇ ਕਹਿੰਦਾ ਆਪਾਂ ਵੀ ਅੱਗੋਂ ਕਹਿਣਾ ਹੈ। ਓਏ ਸਾਰੀ ਨਖਰੇ ਤਾਂ ਐਂ ਕਰਦੀ ਹੈ ਜਿਵੇਂ ਸਾਰੀ ਉਮਰ ਦਾ ਸੱਤ ਸਾਂਭੀ ਬੈਠੀ ਹੁੰਦੀ ਹੈ। ਖੈਰ ਛੱਡੋ ਮਾਸਟਰ ਜੀ, ਓਏ ਗੱਲ ਤਾਂ ਮੈਂ ਮੇਰੀ ਨੂੰਹ ਰਾਣੀ ਬਾਰੇ ਕਰ ਰਿਹਾ ਸੀ। ਓਏ ਮਾਸਟਰ ਜੀ, ਜਦੋਂ ਮੇਰੀ ਨੂੰਹ ਰਾਣੀ ਦਾ ਬਗੜਵਾ ਕੁਝ ਜ਼ਿਆਦਾ ਹੀ ਵੱਧ ਗਿਆ ਨਾ, ਤੇ ਮੁੰਡਾ ਮੇਰਾ ਵੀ ਉਹਦੇ ਸਾਹਮਣੇ ਗੋਲਾ ਬਣਿਆ ਰਹਿੰਦਾ। ਆਪਾਂ ਖਿਡੌਣੇ ਵਾਲੀ ਫੈਕਟਰੀ 'ਚ ਕੰਮ ਲੱਭ ਲਿਆ ਤੇ ਸਾਲ ਕੁ ਬਾਅਦ ਰੀਅਲ ਸਟੇਟ ਦਾ ਲਾਇਸੈਂਸ ਲੈ ਲਿਆ।
ਤੇ ਨਾਲ ਇੱਕ ਗੋਰੀ ਮਿਲ ਗਈ ਜੀਵਨ ਸਾਥਣ ਤੇ ਆਪਣਾ ਵੱਖਰਾ ਘਰ ਲੈ ਲਿਆ। ਹੁਣ ਦੋਨੇ ਜਾਣੇ ਆਰਾਮ ਨਾਲ ਰਹਿੰਦੇ ਆ, ਮੌਜਾਂ ਲੁੱਟਦੇ ਆ, ਨਾ ਕਿਸੇ ਦੀ ਹਿੜਕ ਤੇ ਨਾ ਕਿਸੇ ਦੀ ਝਿੜਕ। ਓਏ ਤੁਹਾਡੇ ਵਾਂਗੂ ਨੀ, ਸਾਰੇ ਹਥਿਆਰ ਸੁੱਟ ਕੇ ਪਿੰਡ ਵਾਪਸ ਜਾਣ ਦੀ ਸੋਚ ਲਈ। ਤੇ ਭਲਾ ਮੈਨੂੰ ਇਹ ਦੱਸੋ ਮਾਸਟਰ ਜੀ, ਪਿੰਡ ਆਪਣੇ ਵਰਗਿਆਂ ਵਾਸਤੇ ਕੀ ਪਿਆ? ਕਿਉਂ, ਸਭ ਕੁਝ ਪਿਆ ਉੱਥੇ, ਕੋਈ ਨਾ ਕੋਈ ਹਲਚਲ ਲੱਗੀ ਰਹਿੰਦੀ ਹੈ। ਕਦੇ ਪੰਚਾਇਤ ਦੀਆਂ ਚੋਣਾਂ, ਕਦੇ ਇੱਕ ਨਗਰ ਕੀਰਤਨ, ਕਦੇ ਕੋਈ ਸਭਾ, ਕਦੇ ਕੋਈ ਮੀਟਿੰਗ, ਤੇ ਇੱਥੇ ਹੁਣ ਤਾਂ ਤਰਕਸ਼ੀਲਾਂ ਦੇ ਨਾਟਕ ਵੀ ਹੁੰਦੇ ਨੇ, ਜਾਦੂਗਰਾਂ ਦੇ ਟ੍ਰਿਕ ਵੀ ਹੁੰਦੇ ਨੇ ਉੱਥੇ। ਨਾਲੇ ਆ ਇੱਥੇ ਦਿਨ ਪਿੱਛੋਂ ਚੜ੍ਹਦਾ ਤੇ ਪਹਿਲਾਂ ਫਿਕਰ ਲੱਗ ਜਾਂਦੀ ਹੈ ਕਿ ਦਿਹਾੜੀ ਲੰਘੂ ਕਿਵੇਂ। ਓਏ ਮਾਸਟਰ ਜੀ, ਤਰਕਸ਼ੀਲਾਂ ਦੇ ਮੇਲੇ ਤਾਂ ਹੁਣ ਇੱਥੇ ਵੀ ਬਥੇਰੇ ਲੱਗਦੇ ਆ, ਆ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਪਖੰਡੀ ਸਾਧ ਕਿਵੇਂ ਲੁੱਟਦੇ ਆ ਲੋਕਾਂ ਨੂੰ। ਆ ਪਿੱਛੇ ਜੇ ਇਹਨਾਂ ਨੇ ਕੀਤਾ ਚੈਲੇਂਜ ਉਹਨੂੰ, ਕੀ ਉਹਦਾ ਨਾਂ, ਕੁਮਾਰ ਸਵਾਮੀ ਨੂੰ, ਪੜ੍ਹਿਆ ਨਾ ਅਖਬਾਰ 'ਚ, ਪੜ੍ਹਦੇ ਹੋ ਤੁਸੀਂ ਤਾਂ। ਬਾਕੀ ਰਹੀ ਆ ਦਿਹਾੜੀ ਨਿਕਲਣ ਦੀ ਗੱਲ, ਕਿੰਨੇ ਕੰਮ ਗਣਾਏ ਸੀ ਮਾਸਟਰ ਜੀ ਉਹਦੇ ਨੇ ਤੁਹਾਨੂੰ? ਓਏ ਬੰਦਾ ਇੱਕ ਵਾਰੀ ਕੰਮ 'ਤੇ ਲੱਗ ਜੇ ਮੁੜ ਕੇ ਤਾਂ ਤਾਂਘਦਾ ਰਹਿੰਦਾ, ਕਦੋਂ ਵਿਹਲ ਮਿਲੇ ਤੇ ਥਕੇਵਾਂ ਲਾਉਣ ਲਈ ਕਦੋਂ ਦੋ ਘੁੱਟ ਪੀਵੇ। ਅਤੇ ਮਾਸਟਰ ਜੀ ਹੈ ਸ਼ੌਂਕ ਤਾਂ ਹੋ ਜੇ ਛਿੱਟ ਛਿੱਟ, ਆਪਾਂ ਤਾਂ ਜੇਬ 'ਚ ਰੱਖੀ ਦੀ ਆ, ਕੀ ਪਤਾ ਕਿਹੜੇ ਵੇਲੇ ਲੋੜ ਪੈ ਜੇ। ਹੁਣ ਸ਼ਹਿ ਨੂੰ ਜੇਬ 'ਚ ਹੀ ਰੱਖ, ਤੇਰੇ ਸ਼ੌਕ ਤੈਨੂੰ ਮੁਬਾਰਕ। ਓਏ ਮੈਂ ਤਾਂ ਭੁੱਲ ਹੀ ਗਿਆ ਸੀ ਮਾਸਟਰ ਜੀ ਕਿ ਤੁਹਾਡੇ ਵਰਗੇ ਬੰਦਿਆਂ ਨੂੰ ਕਿੱਥੋਂ ਸ਼ੌਕ ਹੋਣੇ ਆ। ਇਹ ਸਾਕੀ ਵਾਟਰ ਤਾਂ ਬਣੇ ਹੀ ਸਾਡੇ ਵਰਗਿਆਂ ਵਾਸਤੇ ਆ, ਜਿਨ੍ਹਾਂ ਨੂੰ ਜ਼ਿੰਦਗੀ ਦਾ ਲੁਤਫ ਲੈਣਾ ਆਉਂਦਾ। ਉਹ ਤੁਹਾਡੀ ਵੀ ਕੋਈ ਜ਼ਿੰਦਗੀ ਆ? ਜਦੋਂ ਪਿੰਡ ਹੁੰਦੇ ਹੋ ਤਾਂ ਹਰ ਵਕਤ ਕਨੇਡਾ ਆਉਣ ਦੀ ਤਿਆਰੀ 'ਚ ਰੁੱਝੇ ਰਹਿੰਦੇ ਹੋ, ਜੇ ਕਨੇਡਾ ਹੁੰਦੇ ਹੋ ਤਾਂ ਸੋਚਦੇ ਰਹਿੰਦੇ ਹੋ ਕਿ ਪਿੰਡ ਕਦੋਂ ਵਾਪਸ ਜਾਵਾਂਗੇ। ਬਈ ਤੁਹਾਡਾ ਕੀ ਆ? ਉਹ ਨਾਲੇ ਮਾਸਟਰ ਜੀ ਸਾਡੇ ਵਾਲੀ ਭਰਜਾਈ ਨੂੰ ਪੁੱਛਿਆ ਉਹਦੀ ਕੀ ਮਰਜ਼ੀ ਆ। ਬਈ ਮੈਂ ਪੂਏ ਪੂਏ ਦੀ ਸ਼ਰਤ ਲਾ ਸਕਦਾ ਤੁਹਾਡੇ ਸਾਰਿਆਂ, ਜਿਹਨੇ ਮਰਜ਼ੀ ਲਾਉਣੀ ਆ ਲਾ ਲਓ, ਦਾਅਵੇ ਨਾਲ ਕਹਿ ਸਕਦਾ ਉਹ ਨਹੀਂ ਪਿੰਡ ਜਾ ਕੇ ਰਾਜ਼ੀ ਹੋਣੀ। ਉਹ ਬਈ ਅਸਲ ਮੌਜ ਤਾਂ ਇੱਥੇ ਤੀਵੀਆਂ ਨੂੰ ਹੈ, ਤੀਵੀਆਂ ਨੂੰ, ਨਾ ਬਹੁ ਘਰਬਹਾਰੀ ਦਾ ਡਰ, ਨਾ ਚੁੱਲ੍ਹੇ ਮੂਹਰੇ ਬੈਠ ਕੇ ਅੱਖਾਂ 'ਚੋਂ ਪਾਣੀ ਨਿਕਲਣ ਦਾ ਡਰ, ਬਸ ਸਟੋਰਾਂ 'ਚ ਹੀ ਘੁੰਮਦੀਆਂ ਰਹਿੰਦੀਆਂ ਟਰਾਲੀਆਂ ਲੈ ਕੇ। ਅਸੀਂ ਤਾਂ ਹੁਣ ਜ਼ਿੰਦਗੀ ਦੇ ਰਹਿੰਦੇ ਸਾਲ ਇੱਜ਼ਤ ਅਤੇ ਸਤਿਕਾਰ ਨਾਲ ਜਿਉਣਾ ਚਾਹੁੰਦੇ ਹਾਂ, ਅਤੇ ਜੋ ਇੱਜ਼ਤ ਅਤੇ ਸਤਿਕਾਰ ਸਾਡੇ ਵਰਗੇ ਬੰਦਿਆਂ ਨੂੰ ਪਿੱਛੇ ਪਿੰਡ ਵਿੱਚ ਮਿਲ ਸਕਦਾ ਨਾ, ਉਹ ਇੱਥੇ ਨਹੀਂ। ਪੁੱਤਰ ਨੂੰ ਮਿਲਣ ਆਏ ਸੀ, ਮਿਲ ਲਿਆ, ਆਹ ਮੁਲਕ ਵੇਖਣਾ ਚਾਹੁੰਦੇ ਸੀ, ਉਹ ਵੀ ਵੇਖ ਲਿਆ, ਹੁਣ ਤਾਂ ਬਸ ਤੁਰਨ ਦੀ ਤਿਆਰੀ ਆ। ਉਹ ਆ ਗਿਆ ਪੁੱਤ, ਨੇਕ ਆ ਗਿਆ। ਸੋਹਣ ਅੰਕਲ, ਸਤਿ ਸ਼੍ਰੀ ਅਕਾਲ ਅੰਕਲ। ਓਏ ਸਤਿ ਸ਼੍ਰੀ ਅਕਾਲ ਤਾਂ ਹੋਈ ਪਰਖਰਦਾਰ, ਤੇਰਾ ਬਾਪੂ ਪਿੰਡ ਜਾਣ ਦੀ ਸੋਚੀ ਬੈਠਾ? ਹਾਂ ਮੈਨੂੰ ਪਤਾ। ਤੇ ਪਤਾ ਤਾਂ ਕਰਦਾ ਕਿਉਂ ਨਹੀਂ ਕੁਝ ਬਈ? ਮੈਂ ਇਹਦੇ 'ਚ ਕੀ ਕਰ ਸਕਦਾ, ਮੈਂ ਕੀ ਕਰ ਸਕਦਾ, ਕਿਵੇਂ ਬੱਕਰੀ ਬਾਂਧੂ, ਮੈਂ ਲਾਈ ਆ, ਆਹ ਦੇਖ ਲਓ ਮਾਸਟਰ ਦਾ ਲਾਡਲਾ। ਓਏ ਤੂੰ ਵੀ ਮੇਰੇ ਮੁੰਡੇ ਵਾਂਗੂ ਬੋਡੀ ਦਾ ਗੋਲਾ ਹੀ ਲੱਗਦਾ, ਤੁਹਾਡਾ ਸਾਰੇ ਮੁੰਡਿਆਂ ਦਾ ਇਹੋ ਹਾਲ ਹੈ, ਜਾਂ ਤਾਂ ਤੀਵੀਆਂ ਨੂੰ ਕਸਾਈਆਂ ਵਾਂਗੂ ਕੁੱਟਦੇ ਹੋ, ਜਾਂ ਉਹਨਾਂ ਦੇ ਅੱਗੇ ਪਿੱਛੇ ਘੁੰਮਦੇ ਰਹਿਣਾ ਲੀਲੇ ਵੜ ਕੇ, ਮੇ ਕਰਦੇ ਦਵਾ ਲਈ ਜਾ। ਬਰਖਰਦਾਰ, ਤੀਵੀ ਨੂੰ ਮਰਦ ਬਣ ਕੇ ਟੱਕਰੋ, ਮਰਦ ਬਣ ਕੇ। ਇਹਨਾਂ ਨੂੰ ਨਾ ਤਾਂ ਕਸਾਈ ਚੰਗੇ ਲੱਗਦੇ ਆ ਤੇ ਨਾ ਹੀ ਲੀਲੇ। ਓਏ ਉਰੇ ਹੋ, ਕੰਨ ਕਰ, ਤੈਨੂੰ ਇੱਕ ਗੱਲ ਦੱਸਾਂ। ਓਏ ਕੰਨ ਕਰ, ਤੀਵੀ ਹੈ ਨਾ ਬੜੀ ਟੇਢੀ ਸ਼ੈ ਆ, ਇਹਨੂੰ ਸਮਝਣਾ ਬੜਾ ਹੀ ਮੁਸ਼ਕਲ ਹੈ, ਕੀ ਪਤਾ ਕਿਹੜੇ ਵੇਲੇ ਦਲਦੀ ਵੱਜਦੇ। ਛੱਡ ਯਾਰ, ਉਹ ਗੱਲ ਸੁਣ, ਉਹ ਮੇਰੀ ਗੱਲ ਸੁਣ, ਮਾਸਟਰ ਜੀ ਦਾ ਖਿਆਲ ਰੱਖੀ, ਇਹਨਾਂ ਨੂੰ ਜਾਣ ਨਹੀਂ ਦੇਣਾ, ਜੇ ਚਲੇ ਗਏ ਨਾ ਮੈਂ ਤੇਰੇ ਨਾਲ ਸਾਰੀ ਉਮਰ ਨਾਰਾਜ਼ ਰਹੂੰਗਾ। ਚੱਲ ਕੋਈ ਨਾ ਅੰਕਲ, ਮੈਂ ਕਰਾਂਗਾ ਕੋਸ਼ਿਸ਼। ਓਏ ਮਾਸਟਰ ਜੀ, ਓਏ ਮਾਸਟਰ ਜੀ, ਆਹ ਲਓ ਮੇਰਾ ਕਾਰਡ, ਕਿਸ ਦਿਨ ਟਾਈਮ ਕੱਢ ਕੇ ਮੇਰੇ ਘਰੇ ਜ਼ਰੂਰ ਆਉਣਾ। ਸੋਹਣ ਸਿਆ, ਕਾਰਡ ਤਾਂ ਬੜਾ ਸੋਹਣਾ ਬਣਾਇਆ ਬਈ। ਓਏ ਕੰਪਿਊਟਰ 'ਚ ਬਣਾਇਆ ਮਾਸਟਰ ਜੀ, ਕੰਪਿਊਟਰ 'ਚ ਇੰਨੇ ਸੋਹਣੇ ਕਾਰਡ ਬਣਦੇ ਆ। ਬਸ ਤੁਸੀਂ ਆਉਣਾ ਉੱਥੇ, ਮੈਂ ਤੇ ਮੇਰੀ ਗੋਰੀ ਹੁੰਦੇ ਹਾਂ ਤੇ ਨਾਲ ਤੀਜੀ ਮਨਮੋਹਣੀ।
ਫੇਰ ਕਿਸੇ ਵੇਲੇ ਆਵਾਂਗਾ ਸੋਹਣ ਸਿਆ ਸਮਾਂ ਕੱਢ ਕੇ। ਉਹ ਮੈਂ ਕਹਿੰਦਾ ਫੇਰ ਕਦੋਂ, ਹੁਣ ਹੀ ਚੱਲੋ ਮਾਸਟਰ ਜੀ। ਓਏ ਮੁਰਗਾ ਸ਼ਰਗਾ ਬਣਾਵਾਂਗੇ, ਖਾਵਾਂਗੇ, ਪੀਵਾਂਗੇ, ਐਸ਼ ਕਰਾਂਗੇ, ਛੱਡ ਜੂ ਬੀਮਰ ਤੇ। ਸੋਹਣ ਸਿਆ ਤੁਸੀਂ ਬੈਠੋ, ਆਪਾਂ ਗੱਲਾਂ ਕਰਦੇ ਹਾਂ, ਮੈਂ ਮਾੜਾ ਜਿਹਾ ਵਾਸ਼ਰੂਮ ਹੋਵਾਂ। ਉਹ ਚੰਗਾ ਮਾਸਟਰ ਜੀ, ਤੁਸੀਂ ਆਪਦਾ ਕੰਮ ਕਰੋ ਤੇ ਮੈਂ ਵੀ ਚੱਲਦਾ ਘਰ ਨੂੰ। ਤੁਹਾਡੇ ਵਰਗੇ ਤਾਂ ਬਸ ਵਾਸ਼ਰੂਮਾਂ 'ਚ ਹੀ ਬੜੇ ਰਹਿੰਦੇ ਆ। ਤੇ ਜ਼ਿੰਦਗੀ ਦੇ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਜਵਾਨੀ ਵੇਰੇ ਤੋਂ ਹੀ ਨਾ ਕੁੜੀਆਂ ਤਾੜਨ ਦੀ ਆਦਤ ਹੈ। ਜਿਹੋ ਜਿਹੇ ਬੰਦੇ ਨੂੰ ਪਿੰਡੀ 'ਚ ਜੁੱਤੀਆਂ ਪੈਂਦੀਆਂ ਸੀ ਨਾ, ਤੇ ਇੱਥੇ ਵੀ ਇਹਦੀ ਸ਼ੂ ਬੀਟਿੰਗ ਹੋਣੀ ਚਾਹੀਦੀ ਹੈ। ਮੈਂ ਤਾਂ ਕਹਿੰਦੀ ਹਾਂ ਹਰ ਮਰਦ ਦੀ ਸ਼ੂ ਬੀਟਿੰਗ ਹੋਣੀ ਚਾਹੀਦੀ ਹੈ ਜਿਹੜਾ ਇਸ ਤਰ੍ਹਾਂ ਬਿਹੇਵ ਕਰਦਾ। ਕੂਲ ਡਾਊਨ, ਕੂਲ ਡਾਊਨ ਮੈਡਮ, ਕੂਲ ਡਾਊਨ। ਇੰਨੇ ਤੱਤੇ, ਮੈਨੂੰ ਇਹ ਦੱਸੋ ਵੀ ਤੁਸੀਂ ਉਹ ਜੱਸੀ ਤੇ ਸਤਵੰਤ ਦਾ ਫੈਸਲਾ ਕਰਵਾਉਣ ਗਈਆਂ ਸੀ ਤੀਵੀਆਂ ਇਕੱਠੀਆਂ ਹੋ ਕੇ, ਕੀ ਫੈਸਲਾ ਹੋਇਆ? ਉਹਦਾ ਕੋਈ ਫੈਸਲਾ ਨਹੀਂ ਹੋਇਆ। ਮੈਨੂੰ ਲੱਗਦਾ ਹੁਣ ਗੱਲ ਡਿਵੋਰਸ ਤੇ ਨਿਬੜਨੀ ਆ। ਓ ਮਾਈ ਗੋਡ, ਉਹ ਤਾਂ ਸਤਵੰਤ ਦੀ ਮਾਂ ਕਿਹੜੀ ਪੈਰਾਂ ਤੇ ਪੈਣੀ ਪੈਣ ਦਿੰਦੀ ਸੀ ਜਿੱਦਾਂ ਸਾਰਾ ਕਸੂਰ ਜੱਸੀ ਦਾ ਹੀ ਹੋਵੇ। ਬੀਜੀ ਇਸੇ ਤਰ੍ਹਾਂ ਹੀ ਹੁੰਦਾ, ਕੈਨੇਡਾ ਰਹਿੰਦੇ ਮਾਂ ਬਾਪ ਅਖਬਾਰ 'ਚ ਇਸ਼ਤਿਹਾਰ ਦਿੰਦੇ ਨੇ ਕਿ ਉਹਨਾਂ ਦੀ ਕੈਨੇਡੀਅਨ ਸ਼ਹਿਰੀ ਲੜਕੀ ਲਈ ਇੰਡੀਆ ਦਾ ਲੜਕਾ ਚਾਹੀਦਾ, ਤੇ ਕੈਨੇਡਾ ਆਉਣ ਦਾ ਚਾਹਵਾਨ ਲੜਕਾ ਵਿਆਹ ਲਈ ਹਾਂ ਕਰ ਦਿੰਦਾ ਭਾਵੇਂ ਲੜਕੀ ਪਹਿਲੇ ਦਿਨ ਤੋਂ ਉਹਨੂੰ ਪਸੰਦ ਨਾ ਹੋਵੇ। ਇਸ ਤਰ੍ਹਾਂ ਹੀ ਜੱਸੀ ਤੇ ਸਤਵੰਤ ਦੇ ਕੇਸ 'ਚ ਹੋਇਆ। ਜੱਸੀ ਨੇ ਸਤਵੰਤ ਨੂੰ ਸਪੋਂਸਰ ਕੀਤਾ, ਇੱਥੇ ਸੱਦਿਆ, ਆਪ ਜੌਬ ਕੀਤੀ ਤੇ ਉਹਦੀ ਪੜ੍ਹਾਈ ਕਰਵਾਈ, ਬੱਚੇ ਪੈਦਾ ਹੋਏ, ਪਿੱਛੋਂ ਪੇਰੈਂਟਸ ਨੂੰ ਸੱਦਿਆ, ਉਹਦੇ ਭੈਣ ਭਰਾਵਾਂ ਨੂੰ ਸੈੱਟ ਕੀਤਾ। ਪਰ ਬੀਜੀ ਜੱਸੀ ਸਾਰੀ ਉਮਰ ਕਦੇ ਵੀ ਸਤਵੰਤ ਨੂੰ ਪਸੰਦ ਨਹੀਂ ਆਈ। ਇਹ ਤੈਨੂੰ ਕਿੱਦਾਂ ਪਤਾ ਪੁੱਤ? ਦਾਰੂ ਦੀ ਲੋੜ 'ਚ ਉਹਨੇ ਬੜੀ ਵਾਰੀ ਦੱਸਿਆ। ਬਟ ਹੀ ਹੈਸ ਗਾਟ ਨੋ ਰਾਈਟ ਟੂ ਬੀਟ ਹਰ। ਜੇ ਉਹਨੂੰ ਚੰਗੀ ਨਹੀਂ ਲੱਗਦੀ ਸੀ ਤੇ ਪਹਿਲੇ ਦਿਨ ਹੀ ਕਹਿ ਦਿੰਦਾ। 10 ਸਾਲ ਬਾਅਦ ਜਦੋਂ ਦੋ ਜਵਾਕਾਂ ਦੀ ਮਾਂ ਬਣ ਗਈ, ਉਹਨੂੰ ਮਾਰਦਾ ਕੁੱਟਦਾ, ਘਰੋਂ ਬਾਹਰ ਨਿਕਲ ਜਾਣ ਲਈ ਕਹਿੰਦਾ। ਆਈ ਵਾਸ ਵੰਡਰ ਸ਼ਰਾਖਰ ਨੇ ਜਦੋਂ ਮੈਂ ਇਹ ਸੁਣਿਆ ਕਿ ਕੁਝ ਤੀਵੀਆਂ ਕਹਿਣ ਲੱਗੀਆਂ, ਸਤਵੰਤ ਨੇ ਤਾਂ ਕੁਝ ਡਿਫਰੈਂਟ ਨਹੀਂ ਕੀਤਾ, ਵਾਈਫ ਬੇਰਿੰਗ ਇਜ਼ ਅ ਪਾਰਟ ਆਫ ਅਵਰ ਕਲਚਰ, ਵਾਟ ਅ ਕ੍ਰੂਅਲ ਕਲਚਰ। ਇੱਕ ਤੀਵੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਬੰਦਾ ਆਪਣੀ ਵਾਈਫ ਨੂੰ ਮਾਰੇ ਕੁੱਟੇ ਨਾ, ਇਹਦਾ ਮਤਲਬ ਉਹਨੂੰ ਪਿਆਰ ਹੀ ਨਹੀਂ ਕਰਦਾ। ਅੱਛਾ, ਇਦਾਂ ਕਿਹਾ ਉਹਨੇ? ਇਹ ਕੌਣ ਸੀ ਤੀਵੀ? ਪੁੱਤਰਾ ਮੈਂ ਨਹੀਂ ਸੀ। ਬੀਜੀ ਮੈਂ ਕਦੋਂ ਕਿਹਾ ਕਿ ਤੁਸੀਂ ਸੀ? ਉਹ ਫਿਰ ਕੀ ਫੈਸਲਾ ਹੋਇਆ? ਫੈਸਲਾ ਕੀ ਹੋਣਾ, ਮੈਂ ਜੱਸੀ ਨੂੰ ਕਿਹਾ ਹੀ ਆ ਜੇ ਸਤਵੰਤ ਹੁਣ ਮੁੜ ਕੇ ਇਹ ਜੀ ਹਰਕਤ ਕਰੇ ਤਾਂ ਸਿੱਧਾ ਪੁਲਿਸ ਨੂੰ ਕਾਲ ਕਰਦੀ। ਨਾ ਨਾ ਧੀਏ, ਆ ਪੁਲਿਸ ਵਾਲੀ ਗੱਲ ਮੈਨੂੰ ਚੰਗੀ ਨਹੀਂ ਲੱਗੀ। ਉਹ ਬੀਜੀ ਇੱਥੇ ਪੁਲਿਸ ਦਾ ਆਉਣਾ ਹੀ ਹੈ ਸਮਝਿਆ ਜਾਂਦਾ ਸੀ, ਇੱਥੇ ਸੀ ਜਿਸ ਘਰ ਵਿੱਚ ਪੁਲਿਸ ਆਵੇ ਉਹ ਘਰ ਹੀ ਨਾ ਸਮਝੋ। ਉਹ ਇੱਥੇ ਪੁਲਿਸ ਇੰਡੀਆ ਵਰਗੀ ਨਹੀਂ ਹੈ ਬੀਜੀ। ਨਾ ਫਿਰ ਕਿਹੋ ਜੀ ਹੁੰਦੀ ਪੁੱਤਰਾ? ਇੱਥੇ ਉਹ ਕਾਨੂੰਨ ਵੀ ਲਾਗੂ ਕਰਦੀ ਆ ਤੇ ਫੈਸਲਾ ਵੀ ਕਰਾਉਂਦੀ ਆ। ਬਾਕੀ ਦੀਪੀ, ਵਾਈਫ ਬੀਟਿੰਗ ਸਾਡੇ ਕਲਚਰ ਦਾ ਹਿੱਸਾ ਨਹੀਂ। ਵਾਈਫ ਬੀਟਿੰਗ ਫਿਊਡਲ ਕਲਚਰ ਜਾਂ ਜਗੀਰੂ ਸੋਚ ਦੀ ਦੇਣ ਹੈ, ਤੇ ਜਿਹੜੇ ਅਸੀਂ ਲੋਕ ਦੂਸਰੇ ਮੁਲਕਾਂ 'ਚੋਂ ਇੱਥੇ ਆ ਕੇ ਸੈਟਲ ਹੋਏ ਹਾਂ, ਆਪਣੀ ਜਗੀਰੂ ਸੋਚ ਨੂੰ ਵੀ ਨਾਲ ਲੈ ਕੇ ਆਏ ਹਾਂ ਤੇ ਉਹਨੂੰ ਉਹਨੂੰ ਆਪਣਾ ਵਿਰਸਾ ਜਾਂ ਸੱਭਿਆਚਾਰ ਦਾ ਅੰਗ ਕਹਿ ਕੇ ਜਸਟੀਫਾਈਡ ਕਰਦੇ ਹਾਂ, ਜਦੋਂ ਕਿ ਵਾਈਫ ਬੀਟਿੰਗ ਇਜ਼ ਅ ਬ੍ਰੂਟਲ ਕਲਚਰ, ਇਟ ਸ਼ੁੱਡ ਨਾਟ ਬੀ ਟੋਲਰੇਟਡ। ਬਈ ਬਹੁਤ ਵਧੀਆ ਪੁੱਤਰਾ, ਬੜੀ ਬੜੀ ਦਮਦਾਰ ਗੱਲ ਕੀਤੀ ਹੈ ਤੂੰ। ਬਾਪੂ ਜੀ ਮੈਂ ਕਹਿਣਾ ਚਾਹੁੰਦਾ ਸੀ ਕਿ ਉਹ ਤੁਹਾਡੀਆਂ ਟਿਕਟਾਂ ਦਾ ਬੰਦੋਬਸਤ ਹੋ ਗਿਆ, ਫਲਾਈਟ ਕਨਫਰਮ ਹੋ ਗਈ ਹੈ, ਆਪਾਂ ਨੂੰ ਤਿਆਰੀ ਕਰਨੀ ਪੈਣੀ ਹੈ। ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਪੁੱਤ। ਬਾਪੂ ਜੀ, ਬੀਜੀ ਤੁਸੀਂ ਸਾਡੇ ਨਾਲ ਨਾਰਾਜ਼ ਤਾਂ ਨਹੀਂ? ਨਾ ਨਾ ਧੀਏ, ਨਾਰਾਜ਼ ਕਾਹਤੇ ਹੋਣਾ। ਬਾਪੂ ਜੀ ਤੁਸੀਂ ਇੰਡੀਆ ਜਾ ਕੇ ਵਸਣ ਦਾ ਫੈਸਲਾ ਕਿਸੇ ਮਜਬੂਰੀ 'ਚੋਂ ਤਾਂ ਨਹੀਂ ਕੀਤਾ? ਕੋਈ ਮਜਬੂਰੀ ਨਹੀਂ ਪੁੱਤ, ਕੋਈ ਮਜਬੂਰੀ ਨਹੀਂ। ਤੁਸੀਂ ਸਾਨੂੰ ਇੱਥੇ ਬੁਲਾਇਆ, ਜੋ ਕੁਛ ਤੁਹਾਡੇ ਕੋਲ ਮੁਮਕਿਨ ਸੀ ਸਾਡੇ ਲਈ ਕੀਤਾ, ਤੁਹਾਡੇ ਆਪਣੇ ਰੁਝੇਵੇਂ ਆਪਣੀਆਂ ਜ਼ਿੰਮੇਵਾਰੀਆਂ ਨੇ,
ਇੱਥੋਂ ਦੀ ਜ਼ਿੰਦਗੀ ਔਖੀ ਬਹੁਤ ਹੈ ਪੁੱਤ, ਪਰ ਇਹਦੇ ਵਿੱਚ ਤਰਤੀਬ ਵੀ ਬੜੀ ਹੈ। ਹੁਣ ਜੇ ਮੈਂ ਤੁਹਾਨੂੰ ਆਖਾਂ ਕਿ ਤੁਸੀਂ ਪਿੰਡ ਆ ਕੇ ਰਹੋ, ਇਹ ਤੁਹਾਡੇ 'ਤੇ ਜ਼ਿਆਦਤੀ ਹੋਵੇਗੀ। ਤੁਸੀਂ ਉੱਥੇ ਖੁਸ਼ ਨਹੀਂ ਰਹਿ ਸਕੋਗੇ ਨੇਕ, ਜਿਸ ਤਰ੍ਹਾਂ ਜ਼ਾਹਰ ਹੈ ਅਸੀਂ ਇੱਥੇ ਖੁਸ਼ ਨਹੀਂ ਰਹਿ ਰਹੇ। ਸਾਡੀ ਤਾਂ ਇੱਕੋ ਅਰਦਾਸ ਹੋਵੇਗੀ, ਜਿੱਥੇ ਰਹੋ ਖੁਸ਼ ਰਹੋ, ਰੱਬ ਤੁਹਾਨੂੰ ਤਕਤੀਵਾ ਨਾ ਲਾਵੇ। ਅਤੇ ਸਾਡੀ ਵੀ ਇਹੀ ਅਰਦਾਸ ਹੋਏਗੀ ਬੀਜੀ, ਕਿ ਤੁਸੀਂ ਇੱਜ਼ਤ ਅਤੇ ਸਤਿਕਾਰ ਦੀ ਜ਼ਿੰਦਗੀ ਜੀਓ। ਜਿਉਂਦੇ ਰਹੋ ਪੁੱਤਰੋ। ਨਿੱਕੇ ਸੰਤਾਪਾਂ ਮੁੜ ਮੁੜ ਸਿਰ ਚੁੱਕਣਾ, ਜਦ ਤੱਕ ਵੱਡਾ ਸੰਤਾਪ ਨਹੀਂ ਮੁੱਕਣਾ। ਮਾਤੇ ਭੂਮਿਓ ਲੁੱਟ ਪੁੱਟ ਸਾਨੂੰ, ਜੋ ਰੋਲੇ ਵਿੱਚ ਪਰਵਾਸ। ਇੱਕ ਐਸਾ ਸੰਤਾਪ। ਮੈਂ ਇਹਦੇ ਵਿੱਚ ਜਿਹੜੇ ਭਾਗ ਲੈ ਰਹੇ ਸਨ ਕਲਾਕਾਰ, ਉਹਨਾਂ ਨਾਲ ਤੁਹਾਡੀ ਜਾਣ ਪਹਿਚਾਣ ਕਰਵਾ ਦਿਆਂ। ਸੋਹਣ ਅੰਕਲ ਦੇ ਰੂਪ ਵਿੱਚ ਕਲਾਕਾਰ ਸਨ ਸਾਡੇ ਸ਼ਿੰਗਾਰਾ ਸਮਰਾ ਜੀ, ਬਹੁਤ ਲੰਮੇ ਸਮੇਂ ਤੋਂ ਇੱਥੇ ਨਾਟਕਾਂ ਵਿੱਚ ਭਾਗ ਲੈ ਰਹੇ ਨੇ, ਪੰਜਾਬੀ ਆਰਟ ਐਸੋਸੀਏਸ਼ਨ ਨਾਲ ਵੀ ਜੁੜੇ ਰਹੇ ਨੇ। ਦੀਪੀ ਦੇ ਰੂਪ ਵਿੱਚ ਸਾਡੀ ਕਲਾਕਾਰਾ ਮਨਰਾਜ ਜਟਾਨਾ, ਬੀਜੀ ਦੇ ਰੂਪ ਵਿੱਚ ਸਾਡੀ ਕਲਾਕਾਰਾ ਸੀ ਪਰਮਜੀਤ ਦਿਓਲ, ਬਹੁਤ ਅੱਛੇ ਲੇਖਕਾਂ ਨੇ ਪੰਜਾਬੀ ਦੇ, ਪੋਇਟਰੀ ਬਹੁਤ ਅੱਛੀ ਲਿਖਦੇ ਨੇ। ਬਾਪੂ ਜੀ ਦੇ ਰੂਪ ਵਿੱਚ ਸੀ ਸਾਡਾ ਕਲਾਕਾਰ ਗੁਰਮਿੰਦਰਪਾਲ ਸਿੰਘ ਆਲੂਵਾਲੀਆ, ਬਹੁਤ ਅੱਛੇ ਪੰਜਾਬੀ ਫੋਕ ਦੇ ਕਲਾਕਾਰ। ਇਸ ਨਾਟਕ ਦੇ ਗੀਤ ਲਿਖੇ ਸਨ ਟੋਰਾਂਟੋ ਖੇਤਰ ਦੇ ਸ਼ਾਇਰ ਓਂਕਾਰ ਪ੍ਰੀਤ ਹੋਣਾ, ਪਿੱਛੇ ਜੋ ਮਿਊਜ਼ਿਕ ਇਹਨੂੰ ਪਲੇਅ ਕਰ ਰਹੇ ਸਨ ਸਾਡੇ ਕਲਾਕਾਰ ਕਰਮਜੀਤ ਗਿੱਲ। ਇਸ ਨਾਟਕ ਵਿੱਚ ਜਿਹੜੀਆਂ ਰੋਸ਼ਨੀਆਂ ਪਾਈਆਂ ਲਾਈਟਸ ਤੱਕ, ਉਹ ਸਾਡਾ ਕਲਾਕਾਰ ਦੇ ਰਿਹਾ ਸੀ ਜਗਵਿੰਦਰ ਜੱਜ, ਪੇਸ਼ਕਸ਼ ਹੈਟਸਅਪ, ਅਤੇ ਮੈਂ ਤੁਹਾਡਾ ਹੀਰਾ ਰੰਧਾਵਾ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।